ਉੱਡੀ ਪਗ ਵੇਸ਼ ਕੀ ਨਾ ਤੇਰੀ ਲੋਕਾਂ ਪਾਣੇ ਮੋਰ ਉੱਡਿਆ ਉਹ ਮਖਿਆ ਆਸ਼ਕ ਛੀ ਇਹ ਜੱਜ ਕੇ ਰਹਿਣਾ ਇਹ ਤੁਹਾਡੇ ਹਿੱਸੇ ਦੇ ਵਿੱਚ ਆਇਆ ਮੈਂ ਤੁਹਾਨੂੰ ਜਦੋਂ ਤੋਂ ਵੀ ਮਿਲਦਾ ਲਗਭਗ 20 ਵਰਿਆਂ ਤੋਂ ਉਹੋ ਜੀ ਪੱਗ ਉਹੋ ਜੀ ਮੈਚਿੰਗ ਜੈਕਟ ਉਹੋ ਜੀ ਤੁਹਾਡੇ ਕਈ ਵਾਰੀ ਬੂਟ ਹੁੰਦੇ ਆ ਦੇਖੋ ਤਿੰਨ ਚੀਜ਼ਾਂ ਦਾ ਤੁਹਾਡਾ ਫੇਰ ਮੇਲ ਹੈ ਜੀ ਇੱਕ ਬੀਂਗ ਇਹ ਆਰਟਿਸਟ ਕਲਾਕਾਰ ਇਹ ਲੋਕਾਂ ਦੇ ਲਈ ਆਇਨਾ ਹੁੰਦਾ ਸ਼ੀਸ਼ਾ ਹੁੰਦਾ ਤੇ ਜੇ ਕਲਾਕਾਰੀ ਟੇਨੀਆ ਕਲਾ ਚ ਜਾਊਗਾ ਉਹੀ ਨਹੀਂ ਉਸ ਤਰ੍ਹਾਂ ਦਾ ਰੂਪ ਸਜਾ ਕਰੂਗਾ ਉਹੀ ਨਹੀਂ ਉਹਨਾਂ ਦਾ ਰੋਲ ਮਾਡਲ ਬਣੂਗਾ ਤੇ ਫਿਰ ਉਹ ਕਹਾ ਦਾ ਕਲਾਕਾਰ ਇਹ ਜ਼ਰੂਰ ਹੈਗਾ ਮਨ ਦੇ ਵਿੱਚ ਕਿ ਬੰਦਾ ਜਿੰਨੀ ਦੇ ਤੱਕ ਜ਼ਿੰਦਗੀ ਜੀਉਂਦਾ ਨਾ ਉਹ ਚੜ੍ਹਦੀ ਕਲਾ ਚ ਜੂ ਹਮਮ ਬਿਲਕੁਲ ਤੇ ਹੌਸਲੇ ਨਾਲ ਜੂਵੇਂ ਤੇ ਬਾਈ ਜੀ ਦੇਖੋ ਤੁਸੀਂ ਪੁਲਿਸ ਮਹਿਕਮੇ ਦੇ ਵਿੱਚ ਰਹੇ ਆ ਉਹ ਵੀ ਵੱਡੇ ਅਹੁਦੇ ਦੇ ਉੱਤੇ ਪੁਲਿਸ ਦਾ ਕੰਮ ਹੁੰਦਾ ਵੀ ਲੰਮਾ ਪਾ ਲੋ ਇਹਨੂੰ ਤੇ ਆਣ ਮੜੋ ਸਜਣ ਵਾਲਾ ਪਟਾ ਫੇਰ ਉਹਦੀ ਪਿੱਠ ਤੇ ਉਹ ਪੰਮੀ ਬਾਈ ਜਦੋਂ ਹੱਸ ਕੇ ਕਹਿੰਦਾ ਵੀ ਮੈਂ ਪਾਣੀ ਪਰੇ ਨੀ ਐ ਚ ਉਹ ਤਾਂ ਇੱਕ ਮਤਲਬ ਕਿ ਲੋਕਾਂ ਦਾ ਭਲਾ ਕਰਨ ਦੇ ਲਈ ਮੈਂ ਥੋੜੀ دیر ਲਈ ਗਿਆ ਸੀ ਜਿੱਥੇ ਚਾਰ ਬੰਦੇ ਬੈਠੇ ਜੋ ਕਹਿੰਦੇ ਯਾਰ ਪੰਮੀ ਬਾਈ ਦਾ ਕਦੇ ਕੋਈ ਗਾਣਾ ਨਹੀਂ ਸੁਣਿਆ ਹੁਣ ਦੇਖਦੇ ਨੇ ਉਸ ਪ੍ਰਚਾਰ ਦੇ ਮਾਧਮ ਨੂੰ ਨਹੀਂ ਅਪਣਾਉਂਦੇ ਜਾਂ ਉਸ ਪੱਦਰ ਦੇ ਉੱਤੇ ਗਾਣੇ ਨਹੀਂ ਕਰਦੇ ਇਹ ਗਾਇਕ ਕਿੱਥੇ ਛੁਪਣ ਛੋਤ ਚ ਕਿੱਥੇ ਹੋ ਗਏ ਪਹਿਲੇ ਬੋਲਦੇ ਆ ਆਰਟਿਸਟ ਕਦੇ ਵੀ ਆਪਦੇ ਆਪ ਨੂੰ ਉਸ ਨੈਗੇਟਿਵਿਟੀ ਚ ਲੈ ਕੇ ਨਹੀਂ ਜਾਂਦਾ ਤੇ ਪੰਮੀ ਬਾਈ ਨੇ ਪਿਛਲੇ 5 ਮਹੀਨਿਆਂ ਦੇ ਵਿੱਚ ਇੱਕ ਆਪਦਾ ਫੋਕ ਫਿਊਜ਼ਨ ਬੈਂਡ ਐਸਟੈਬਲਿਸ਼ ਕੀਤਾ ਹੈ ਮੈਂ ਆਪਦੇ ਲੋਕ ਨਾਚ ਨੂੰ ਪ੍ਰਮੋਟ ਕੀਤਾ ਪੂਰੀ ਦੁਨੀਆ ਦੇ ਕੈਨਵਸ ਦੇ ਉੱਤੇ ਮੈਂ ਆਪਦੀ ਪੂਰੀ ਟੀਮ ਨਾਲ ਜਾਂਦਾ ਰਹਾਂ ਚਦਾ ਵਿਚਾਰ ਸਾਥਰੀਆ ਕਾਲ ਜੀ ਪ੍ਰਾਈਮੇਸ਼ਾ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚਾਹ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਮੈਂ ਹਾਂ ਹਰਮਨ ਥਿੰਦ ਮੇਰੇ ਨਾਲ ਨੇ ਸਵਰਨ ਸਿੰਘ ਜਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਚੜ੍ਹਦੀ ਕਲਾ ਜਿੰਦਾਬਾਦ ਵੇੜੇ ਦੇ ਵਿੱਚ ਮਹਿਮਾਨ ਆਏ ਨੇ ਬਿਲਕੁਲ ਜੀ ਮਹਿਮਾਨ ਵੀ ਬੜੇ ਸੁਲੱਖਣੀ ਸੋਚ ਵਾਲੇ ਆਏ ਆ ਜੀ ਬੜੇ ਚੰਗੇ ਗਾਇਕ ਆਏ ਆ ਸਮਾਂ ਬਦਲਦਾ ਗਾਇਕੀ ਥੋੜੇ ਥੋੜੇ ਬਰਿਆਂ ਬਾਦ ਕਈ ਤਰ੍ਹਾਂ ਦੇ ਰੂਪ ਬਟਾਉਂਦੀ ਜਾਂ ਕਹਿ ਲਈਏ ਨਵੇਂ-ਨਵੇਂ ਕਲਾਕਾਰ ਕਈ ਨਵੇਂ ਤਜਰਬੇ ਕਰਦੇ ਆ ਜੀ ਪਰ ਜਿਹੜੇ ਕਲਾਕਾਰ ਹੰਢਣਸਾਰ ਹੁੰਦੇ ਆ ਜਿਹੜੇ ਕਲਾਕਾਰ ਦਹਾਕਿਆਂ ਤੱਕ ਸੁਣੇ ਜਾਂਦੇ ਆ ਜਿਹੜੇ ਕਲਾਕਾਰ ਵਿਰਾਸਤ ਨੂੰ ਸਾਹਮਣੇ ਰੱਖਣ ਦੀ ਗੱਲ ਕਰਦੇ ਆ ਉਹ ਮੇਰਾ ਖਿਆਲ ਆ ਵੀ ਭਾਵੇਂ ਨਵੇਂ ਪੂਰ ਦੇ ਵੱਲੋਂ ਘੱਟ ਸੁਣੇ ਜਾਣ ਵੱਧ ਸੁਣੇ ਜਾਣ ਪਰ ਸਤਕਾਰ ਉਹਨਾਂ ਦਾ ਬਰਕਰਾਰ ਰਹਿੰਦਾ ਉਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਆ ਪਰਮਜੀਤ ਸਿੰਘ ਸਿੱਧੂ ਜਖੇਪਲ ਵਾਲੇ ਜੀ ਮੇਰਾ ਖਿਆਲ ਆ ਵੀ ਕਿਸੇ ਨੇ ਪਛਾਣਨਾ ਹੀ ਨਹੀਂ ਮੈਂ ਗੱਲ ਕਿਹਦੀ ਕਰਦਾ ਪਰ ਉਹ ਪੰਮੀ ਬਾਈ ਨੇ ਪੰਮੀ ਬਾਈ ਦੀ ਗੱਲ ਉਹਨਾਂ ਦੀ ਸ਼ਿਸ਼ਕਰੀ ਆ ਗੱਲ ਦੁਨੀਆ ਭਰ ਦੇ ਵਿੱਚ ਮਸ਼ਹੂਰ ਆ ਸੋ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ ਵੀ ਬਾਈ ਜੀ ਗਾਇਬ ਕਿੱਥੇ ਜੇ ਹੋ ਗਏ ਤੁਸੀਂ ਦਿਖਦੇ ਕਿਉਂ ਨਹੀਂ ਇਹ ਉਮਰ ਦਾ ਪੜਾ ਜਾਂ ਸੇਵਾ ਮੁਕਤੀ ਤੱਕ ਨਹੀਂ ਲੈ ਲਈ ਕਾਰਨ ਕੀ ਬਣ ਗਿਆ ਪੁੱਛਦੇ ਪਹਿਲਾਂ ਸਵਾਗਤ ਕਰਦੇ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਹਰਮਨ ਤੇ ਸਰਨ ਦਾ ਦਾ ਦੇ ਪ੍ਰਾਈਮਰੀ ਸ਼ੀਆ ਵੇਖਣ ਵਾਲੇ तमाम ਰੱਬਰ ਦੇ ਸਰੋਤਿਆਂ ਨੂੰ ਪਮੀ ਬਾਈ ਵੱਲੋਂ ਮੋਹ ਪਰਿਸ਼ਾਸੀਕਾਲ ਅਦਾਬ ਤੇ ਨਮਸਕਾਰ ਭਾਈ ਜੀ ਇੰਨੇ ਕ ਜੱਜ ਰਹੇ ਆ ਲੱਗਦਾ ਐ ਵੀ ਸਿੱਧਾ ਹੀ ਨਾ ਵਿਆਹ ਵਾਲੀ ਥਾਂ ਤੋਂ ਆ ਗਏ ਹੈ ਆਪਦੀ ਸ਼ੇਰਵਾਨੀ ਲਾ ਕੇ ਕਿਸੇ ਨੂੰ ਫੜਾ ਰਹੇ ਆ ਤੇ ਜੈਕਟ ਪਾਇਆ ਹੈ ਜੈਕਟ ਪਾਇਆ ਹੈ ਵੀ ਹੁਣ ਹੀ ਨਾ ਤੁਹਾਡਾ ਲਾਂਵਾਂ ਵਾਲਾ ਕੰਮ ਕੰਮਲ ਹੋਇਆ ਹਾਂ ਅਭੀ ਤੋ ਮੈਂ ਜਵਾਨ ਹਾਂ ਤੇ ਭਾਈ ਇਹ ਜੱਜ ਕੇ ਰਹਿਣਾ ਇਹ ਤੁਹਾਡੇ ਹਿੱਸੇ ਦੇ ਵਿੱਚ ਆਇਆ ਮੈਂ ਤੁਹਾਨੂੰ ਜਦੋਂ ਤੋਂ ਵੀ ਮਿਲਦਾ ਲਗਭਗ 20 ਵਰਿਆਂ ਤੋਂ ਉਹੋ ਜੀ ਪੱਗ ਉਹੋ ਜੀ ਮੈਚਿੰਗ ਜੈਕਟ ਉਹੋ ਜੀ ਤੁਹਾਡੇ ਕਈ ਵਾਰੀ ਬੂਟ ਹੁੰਦੇ ਆ ਦੇਖੋ ਤਿੰਨ ਚੀਜ਼ਾਂ ਦਾ ਤੁਹਾਡਾ ਫੇਰ ਮੇਲ ਹੈਗਾ ਠੀਕ ਇਹ ਇੰਨਾ ਕੁ ਪੂਰਾ ਸੋਚ ਕੇ ਚੱਲਦੇ ਹਾਂ ਵੀ ਭਾਈ ਅੱਜ ਤਾਂ ਮੈਂ ਕੋਕ ਕੇ ਜੜਨੇ ਆ ਜਿਹੜਾ ਮੂਰੇ ਬੰਦਾ ਬੈਠਾ ਉਹਨੂੰ ਬੌਣਾ ਜਾਂ ਕਰ ਦੇਣਾ ਇਹ ਤਾਂ ਨਹੀਂ ਕਦੇ ਸੋਚਿਆ ਹੈਗਾ ਬਸ ਇਹ ਜ਼ਰੂਰ ਹੈਗਾ ਮਨ ਦੇ ਵਿੱਚ ਕਿ ਬੰਦਾ ਜਿੰਨੀ ਦੇ ਤੱਕ ਜ਼ਿੰਦਗੀ ਜਿਉਂਦਾ ਨਾ ਉਹ ਚੜ੍ਹਦੀ ਕਲਾ 'ਚ ਜੂਮੇ ਤੇ ਹੌਸਲੇ ਨਾਲ ਜੂਮੇ ਤੇ ਆਪਦੇ ਆਪ ਨੂੰ ਐਨ ਪੂਰਾ ਤਿਆਰ ਪਰ ਤਿਆਰ ਹੋ ਕੇ ਜੀਵੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹੀ ਕਿਹਾ ਕਿ ਬੰਦਾ ਹਮੇਸ਼ਾ ਤਿਆਰ ਪਰ ਤਿਆਰ ਹੋਣਾ ਚਾਹੀਦਾ ਤੇ ਇੱਕ ਬੀਂਗੇ ਆਰਟਿਸਟ ਕਲਾਕਾਰ ਇਹ ਲੋਕਾਂ ਦੇ ਲਈ ਆਇਨਾ ਹੁੰਦਾ ਹੈ ਸ਼ੀਸ਼ਾ ਹੁੰਦਾ ਹੈ ਤੇ ਜੇ ਕਲਾਕਾਰ ਹੀ ਢੇਂਗੀਆਂ ਕਲਾ ਵਿੱਚ ਜਾਊਗਾ ਉਹੀ ਨਹੀਂ ਉਸ ਤਰ੍ਹਾਂ ਦਾ ਰੂਪ ਸਜਾ ਕਰੂਗਾ ਉਹੀ ਨਹੀਂ ਉਹਨਾਂ ਦਾ ਰੋਲ ਮਾਡਲ ਬਣੂਗਾ ਤੇ ਫੇਰ ਉਹ ਕਾ ਦਾ ਕਲਾਕਾਰ ਹੈ ਤੇ ਮੈਂ ਤਾਂ ਲੋਕਾਂ ਦਾ ਕਲਾਕਾਰ ਮੈਨੂੰ ਤੇ ਇੱਥੇ ਤੱਕ ਸਵਰਨ ਤੇ ਹਰਮਨ ਮੈਨੂੰ ਲੋਕਾਂ ਨੇ ਪਛਾਇਆ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਇਸ तमाम ਪੂਰੀ ਦੁਨੀਆ ਚ ਬਸਦੇ ਪੰਜਾਬੀਆਂ ਨੇ ਪਰਮਜੀਤ ਸਿੰਘ ਸਿੱਧੂ ਨਾ ਚੀਜ਼ ਨੂੰ ਪੰਮੀ ਬਾਈ ਬਣਾਇਆ ਤੇ ਪੰਮੀ ਬਾਈ ਅੱਜ ਪ੍ਰਾਈਮ ਏਸ਼ੀਆ ਦੇ ਵੇੜੇ ਚ ਦੋ ਵੱਡੇ ਹੋਸਟ ਦੇ ਸਾਹਮਣੇ ਬੈਠਾ ਤੇ ਬਾਈ ਜੀ ਦੇਖੋ ਤੁਸੀਂ ਪੁਲਿਸ ਵਿਭਾਗ ਦੇ ਵਿੱਚ ਰਹੇ ਆ ਉਹ ਵੀ ਵੱਡੇ ਅਹੁਦੇ ਦੇ ਉੱਤੇ ਪਰਸੋ ਦਾ ਕੰਮ ਹੁੰਦਾ ਵੀ ਲੰਮਾ ਪਾ ਲੋ ਇਹਨੂੰ ਤੇ ਆਣ ਮਿਲੋ ਸਜਣ ਆਲਾ ਪਟਾ ਫੇਰੋ ਦੀ ਪਿੱਠ ਤੇ ਉਹ ਪੰਮੀ ਭਾਈ ਜਿਹੜਾ ਪਟਿਆ ਨਾਲ ਸਾਝ ਰੱਖਦਾ ਰਿਹਾ ਉਹ ਪੰਮੀ ਭਾਈ ਜਦੋਂ ਹੱਸ ਕੇ ਕਹਿੰਦਾ ਵੀ ਮੈਂ ਪਾਣੀ ਪਰੇ ਨਹੀਂ ਐ ਉਹ ਫਿਰ ਕਿਵੇਂ ਗੱਲ ਫੁਰੀ ਵੀ ਐ ਤੁਸੀਂ ਹੱਸਦਾ ਚਿਹਰਾ ਉਧਰ ਲੰਮੇ ਪਾਉਣ ਵਾਲਾ ਅੜਾੜ ਪਾਉਣ ਵਾਲਾ ਚਿਹਰਾ ਤੋ ਆਲਾ ਵੀ ਨਹੀਂ ਆਪਾਂ ਉਹ ਉਹ ਮੈਂ ਇਹ ਵੀ ਸਾਰੇ ਆਪ ਜੀ ਆਪਣੇ ਇਸ ਦਰਸ਼ਕਾਂ ਨੂੰ ਪ੍ਰੇਮ ਰਿਸ਼ੀ ਇਹ ਵੇਖਣ ਵਾਲਿਆਂ ਨੂੰ ਇਹ ਵੀ ਦੱਸਣਾ ਚਾਹੁੰਨਾ ਕਿ ਉਹ ਤਾਂ ਇੱਕ ਮਤਲਬ ਕਿ ਲੋਕਾਂ ਦਾ ਭਲਾ ਕਰਨ ਦੇ ਲਈ ਮੈਂ ਥੋੜੀ ਦੇਰ ਲਈ ਗਿਆ ਸੀ ਹੂੰ ਸੱਚ ਪੁੱਛਦوں ਕਿ ਇਹ ਤੋਂ ਪਹਿਲਾਂ ਮੈਂ ਬਿਫੋਰ ਦੈਟ ਨਾਰਥ ਜੂਨ ਕਲਚਰ ਸੈਂਟਰ ਦੇ ਵਿੱਚ ਸੀ ਉੱਥੇ ਮੈਂ ਪ੍ਰੋਡਕਸ਼ਨ ਮੈਨੇਜਰ ਦੇ ਤੌਰ ਤੇ ਭਰਤੀ ਹੋਇਆ ਪ੍ਰੋਗਰਾਮ ਡਾਇਰੈਕਟਰ ਬਣ ਗਿਆ ਤੇ ਉੱਥੇ 7 ਸਾਲ ਲਾਇਏ ਜਦੋਂ بڑے بڑے ਆਰਟਿਸਟ ਨਾਲ ਇੰਟਰੈਕਸ਼ਨ ਹੋ ਗਈ ਤੇ ਸੋਚਿਆ ਵੀ ਯਾਰ ਹੁਣ ਬਹੁਤ ਕੁਝ ਹੋ ਗਿਆ ਤੇ ਆਪਦਾ ਕੁਝ ਕਰੀਏ ਇੱਥੇ ਤਾਂ ਜੋ ਕੁਝ ਕਰ ਰਿਹਾ ਉਹ ਸਾਰਾ ਆਰਗੇਨਾਈਜੇਸ਼ਨ ਨੂੰ ਜਾ ਰਿਹਾ ਤੇ ਆਪਦਾ ਮੇਰੇ ਕੋਲੇ ਕੁਝ ਨਹੀਂ ਹੈਗਾ ਤੇ ਸ਼ੌਕੀਆ ਤੌਰ ਤੇ ਬੜੇ ਬੜੇ ਆਰਟਿਸਟਾਂ ਨਾਲ ਗਾਣ ਦਾ ਵੀ ਮਾਣ ਪ੍ਰਾਪਤ ਹੋ ਗਿਆ ਸਵਰਗਿਆ ਭੈਣ ਜੀ ਨਰਿੰਦਰ ਬੀਬਾ ਨਾਲ ਜੁਗਮੂਨ ਕੋਰ ਨਾਲ ਸਟੇਜਾਂ ਤੇ ਗਾ ਲਿਆ ਭੈਣ ਜੀ ਗਰਮੀਤ ਬਾਬਾ ਨਾਲ ਸਟੇਜਾਂ ਤੇ ਗਾ ਲਿਆ ਹੈ ਤੇ ਹੋਰ ਭਾਜੀ ਜਗਜੀਤ ਸਿੰਘ ਚਿਤਰਾ ਸਿੰਘ ਦੇ ਸੰਗੀਤ ਦੇ ਵਿੱਚ ਗਾ ਲਿਆ ਹੈ ਸੋ ਇਹ ਸਾਰਾ ਕੁਝ ਸੀ ਜਿਹੜਾ ਫਿਰ ਸੋਚਿਆ ਕਿ ਆਪਦਾ ਕੁਝ ਕਰਾਂ ਤੇ ਆਪਦਾ ਕੁਝ ਕਰਨ ਦੇ ਲਈ ਰਿਜ਼ਾਈਨ ਕਰਤਾ ਰਿਜ਼ਾਈਨ ਕਰਨ ਤੋਂ ਫਟਬਾਰੀ ਤੇ ਮੈਨੂੰ ਇੱਕ ਅਪਰਚੂਨਿਟੀ ਮਿਲੀ ਕਿ ਜੀ ਅਸੀਂ ਪੰਜਾਬ ਪੁਲਿਸ ਦੇ ਵਿੱਚ ਇੱਕ ਕਲਚਰਲ ਬਿੰਗ ਐਸਟੈਬਿਸ਼ ਕਰਨਾ ਚਾਹੁੰਦੇ ਆ ਤੇ ਉਹਦੇ ਲਈ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ ਹੈ ਤੇ ਮੈਂ ਕਿਹਾ ਪੰਜਾਬ ਪੁਲਿਸ ਨੂੰ ਮੇਰੀਆਂ ਸੇਵਾਵਾਂ ਦੀ ਕੀ ਜ਼ਰੂਰਤ ਹੈ ਬਈ ਮੈਂ ਤਾਂ ਉਹ ਜਿਹਾ ਬੰਦੇ ਹੀ ਨਹੀਂ ਤੇ ਮੈਂ ਸੱਚੇ ਪਾਛੇ ਤੋਂ ਡਰ ਕੇ ਕਹਿਣਾ ਕਿ ਮੈਨੂੰ ਉਹ ਬੜਾ ਕੋਸ਼ਿਸ਼ ਕਰ ਰਹੇ ਸੀ ਕਿ ਤੁਹਾਨੂੰ ਭਰਤੀ ਕਰਨਾ ਹੈ ਮੈਂ ਤੁਹਾਨੂੰ ਐਜੇ ਡੀਐਸਪੀ ਭਰਤੀ ਕਰਕੇ ਗਾਹਾਂ ਪ੍ਰੋਮੋਸ਼ਨ ਦੇ ਦੇਾਂਗੇ ਤੇ ਤੂੰ ਪਰਮਨੈਂਟ ਸਾਡਾ ਫੀਚਰ ਬਣ ਮੈਂ ਜੋੜੇ ਹੱਥ ਮੈਂ ਕਹਾਂ ਜੀ ਮੈਂ ਨਹੀਂ ਮੈਨੂੰ ਦੱਸੋ ਕਰਨਾ ਕੀ ਹੈ ਕਲਚਰ ਟ੍ਰੂਪ ਬਣਾਉਣਾ ਹੈ ਤੇ ਮੈਨੂੰ ਤੁਸੀਂ ਡਾਇਰੈਕਟਰ ਕਲਚਰ ਬਣਾ ਦਿਓ ਔਨ ਕੰਟਰੈਕਟ ਬੇਸਿਸ ਕੰਮ ਕਰੂੰਗਾ ਮੈਂ ਬਿਲਕੁਲ ਵੀ ਕਹਿੰਦੇ ਨੇ ਕੋਈ ਪਰਮਨੈਂਟ EMPLOYE ਨਹੀਂ ਬਣੂੰਗਾ ਤੇ ਪਾਰਟ ਐਂਡ ਪਾਰਸਲ ਜਿਹੜਾ ਹੈਗਾ ਮੇਰਾ ਡਾਇਰੈਕਟ ਸਟੇਟਵੇ ਅਨਸਰਏਬਲ ਟੂ ਦਾ ਡੀਜੀਪੀ ਤੇ ਮੈਂ ਥੋੜਾ ਕਲਚਰ ਡਰੂਪਰ ਸਟੈਬਲਿਸ਼ ਕਰ ਦੇਣਾ ਉਹ ਮੇਤੋਂ ਭਲਾ ਹੋਣਾ ਸੀ 35 40 ਮੁੰਡੇ ਕੁੜੀਆਂ ਜਿਹੜੇ ਬੇਰਜ਼ਗਾਰ ਸਨ ਜਿਹੜੇ ਬੜੇ ਮਤਲਬ ਕਿ ਵਧੀਆ ਕਲਾਕਾਰ ਸਨ ਕੋਈ ਸਜੰਦੇ ਸਨ ਕੋਈ ਗਾਇਕ ਸਨ ਕੋਈ ਮਾਰਸ਼ਲ ਆਰਟ ਦੇ ਬੰਦੇ ਸੀ ਤੇ ਕੋਈ ਐਕ੍ਰੋਪਾਇਟਸ ਵਾਲੇ ਬੰਦੇ ਸੀ ਤੇ ਕੋਈ ਡਾਂਸਰ ਸੀ ਤੇ ਉਹ ਮੇਰੀ ਕਲਮ ਨਾਲ ਭਰਤੀ ਹੋ ਗਏ ਤੇ ਅੱਜ ਉਹ ਪੰਜਾਬ ਪੁਲਿਸ ਦੇ ਵਿੱਚ ਕੋਈ ਐਸਆਈ ਬਣਿਆ ਹੋਇਆ ਕੋਈ ਏਐਸਆਈ ਬਣਿਆ ਹੋਇਆ ਕੋ ਇੰਸਪੈਕਟਰ ਬਣਿਆ ਹੋਇਆ ਤੇ ਕੋਈ ਹੈਡ ਕਨਸਟੇਬਲ ਬਣਿਆ ਹੋਇਆ ਤੇ ਉਹ ਸਟਿਲ ਜਿਹੜਾ ਹੈਗਾ ਕਲਚਰ ਟ੍ਰੋਪ ਚੱਲ ਰਿਹਾ ਹੈ ਤੇ ਆਪਾਂ 2 ਸਾਲ ਲਾ ਕੇ ਤੇ ਜਦੋਂ ਮੇਰੀ ਇੱਧਰ ਗੱਡੀ ਰੁੜਪੀ ਐਜੈਂਟ ਪ੍ਰੋਫੈਸ਼ਨਲ ਆਰਟਿਸਟ ਆਪਾਂ ਰੁਕਸਤ ਹੋ ਗਏ ਹੈ ਤੇ ਛੱਡ ਕੇ ਆਪਾਂ ਨੇ ਕਿਉਂਕਿ ਉਹ ਤੇ ਮੈਂ ਕਰ ਹੀ ਪਾਰਟ ਟਾਈਮ ਰਿਹਾ ਸੀ ਤੇ ਰੀਜ਼ਨ ਇਹੀ ਹੈਗਾ ਕਿ ਮੈਂ ਪਟਿਆਲੇ ਮੇਰੇ ਦੋਸਤ ਬਹੁਤ ਰਹੇ ਨੇ ਕਿਉਂਕਿ ਮੇਰੇ ਜਿੰਨੇ ਵੱਡੇ ਮਤਲਬ ਕਿ ਡੀਜੀਪੀ ਅਹੁਦਿਆਂ ਤੇ ਹੁਣ ਕਈ ਤੇ ਰਿਟਾਇਰ ਵੀ ਹੋ ਗਏ ਉਹਨਾਂ ਚੋਂ ਹਰਦੀਪ ਢਿੱਲੋਂ ਹੁਣੀ ਰਿਟਾਇਰ ਹੋ ਗਏ ਜਿਸਮਿੰਦਰ ਸਿੰਘ ਹੁਣੀ ਰਿਟਾਇਰ ਹੋ ਗਏ ਬੜੇ ਬੰਦੇ ਰਿਟਾਇਰ ਹੋ ਗਏ ਰੇਖੀ ਸਾਹਿਬ ਰਿਟਾਇਰ ਹੋ ਗਏ ਮਦਨਜੀਤ ਇਸ ਹੀ ਇਜ਼ ਅ ਨੋ ਮੋਰ ਤੇ ਹੋਰ ਬੜੇ ਬੰਦੇ ਤੇ ਮਿੱਤਰ ਮੇਰੇ ਬੜੇ ਰਹੇ ਤੇ ਪਰ ਮੈਂ ਆਪਦੇ ਆਪ ਨੂੰ ਬਤੌਰ ਕਲਾਕਾਰ ਹੀ ਉੱਥੇ ਰੱਖਿਆ ਬਹੁਤ ਖੋ ਜੀ ਪਰ ਉਦੋਂ ਜਦੋਂ ਨੌਕਰੀ ਤੋਂ ਅਸਤੀਫਾ ਦਿੱਤਾ ਫਿਰ ਦੂਜਾ ਮੌਕਾ ਮਿਲਿਆ ਉਹਦੇ ਵਿੱਚ ਵੀ ਕਿਹਾ ਵੀ ਪੱਕੇ ਨਹੀਂ ਹੋਣਾ ਘਰਦਿਆਂ ਨੇ ਨਹੀਂ ਕਿਹਾ ਵੀ ਕਿਹੜੇ ਕੰਮ ਹੀ ਪਏ ਉਹ ਸਰਕਾਰੀ ਨੌਕਰੀ ਸਰਕਾਰੀ ਹੁੰਦੀ ਹੈ ਜੋ ਆਮ ਅਸੀਂ ਆਪਣੇ ਘਰਾਂ 'ਚ ਸੁਣਦੇ ਆਂ ਬੇ ਕਲਾਕਾਰ ਦੇ ਪ੍ਰੋਗਰਾਮ ਸਾਰੀ ਉਮਰ ਥੋੜੀ ਲੱਗਦੀ ਹੈ ਹਾਂ ਬਿਲਕੁਲ ਪੈਨਸ਼ਨ ਸਾਰੀ ਉਮਰ ਆਉਂਦੀ ਹੈ ਹਾਂ ਵੀ ਨੌਕਰੀ ਕਰੋ ਆਹ ਵਾਲੇ ਕੰਮ ਤੋਂ ਬਾਅਦ ਚੁੰਮਦੇ ਹਰਮਨ ਇਹ ਗੱਲ ਤਾਂ ਮੈਨੂੰ ਮੇਰੇ ਬਾਪੂ ਨੇ ਉਦ ਹੀ ਸਮਝਾਈ ਸੀ ਜਦੋਂ ਮੈਂ ਨੌਕਰੀ ਛੱਡਣ ਲਈ ਵਜਿੱਤ ਹੋਇਆ ਹਾਂ ਜੀ ਇਹ 1993 ਦੀ ਗੱਲ ਹੈ ਤੇ ਮੈਂ ਘਰੇ ਗੱਲ ਚਲਾਈ ਮੈਂ ਨੌਕਰੀ ਛੱਡਣੀ ਹੈ ਜੀ ਉਤੋਂ ਅਗਲੀ ਪੌੜੀ ਮੇਰੀ ਡਾਇਰੈਕਟਰ ਦੀ ਸੀ ਨਾਰਥ ਜੋਨ ਕਲਚਰ ਸੈਂਟਰ ਚ ਮੇਰਾ ਜਿਹੜਾ ਜੂਨੀਅਰ ਸੀ ਮੇਰੇ ਕੋਲੇ ਪ੍ਰੋਗਰਾਮ ਅਫਸਰ ਸੀ ਉਹ ਬਾਅਦ ਚ ਡਾਇਰੈਕਟਰ ਵੀ ਬਣਿਆ ਜੀ ਉਹ ਬਾਅਦ ਚ ਡਾਇਰੈਕਟਰ ਵੀ ਬਣਿਆ ਤੇ ਮੈਨੂੰ ਬਾਪੂ ਕਹਿੰਦਾ ਕਿਉਂ ਪੁੱਠੇ ਕੰਮ ਪਏ ਜੱਟਾਂ ਦੇ ਮੁੰਡੇ ਜ਼ਮੀਨਾਂ ਜਮੂਨਾ ਵੇਚ ਦੰਦੇ ਨੇ ਇਹ ਇਹਨਾਂ ਪਾਸੇ ਲੱਗ ਕੇ ਕਿਉਂਕਿ ਸਾਡੇ ਸਨਾਮ ਤੋਂ ਮਨੋਹਰਦੀਪ ਗੋਣੀ ਬਾਜੀ ਉਹ ਉਹਨਾਂ ਨੇ ਉਹ ਜ਼ਮੀਨ ਵੇਚ ਕੇ ਫਿਲਮ ਬਣਾਈ ਖੇਡਣ ਦੇ ਚਾਰ ਅੱਛਾ ਜੀ ਤੇ ਉਹਨਾਂ ਨੂੰ ਇਹੀ ਸੀ ਵੀ ਇਹ ਲੱਛਣ ਉਸ ਹੀ ਲੱਗਦੇ ਨੇ ਮਨੋਹਰਦੀਪ ਗਾਲੀ ਇਹਦੇ ਤੇ ਸਾਡੇ ਕਿਉਂਕਿ ਫੈਮਿਲੀ ਰਿਲੇਸ਼ਨ ਉਹਨਾਂ ਨਾਲ ਬਹੁਤ ਸੀ ਤੇ ਮੈਂ ਭੰਗੜਾ ਵੀ ਉਹਨਾਂ ਤੋਂ ਹੀ ਉਹਨਾਂ ਨੂੰ ਮੂਰੇ ਰੱਖ ਕੇ ਸਿੱਖਿਆ ਤੇ ਫਿਰ ਬੰਬਈ ਵੀ ਮੈਂ ਉਹਨਾਂ ਕੋਲ ਹੀ ਜਾਂਦਾ ਰਿਹਾ ਉਹਨਾਂ ਕੋਲ ਹੀ ਰੁਕਦਾ ਰਿਹਾ ਜੀ ਐਤੋਂ ਉਹ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਤਾਂ ਇਹ ਜਹੰਸੀਆਂ ਪਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਨਾਲ ਨਾ ਜ਼ਮੀਨ ਲਵਾਇਓ ਨਾ ਘਰ ਲਵਾਇਓ ਮੈਨੂੰ ਆਪਣਾ ਕੰਮ ਕਰ ਲਾਂ ਖੁੱਲਾ ਖੇਡਣ ਦੇ ਹਾਂ ਮੈਨੂੰ ਆਪਣਾ ਕੰਮ ਕਰ ਲਾਂ ਦੋ ਅੱਛਾ ਦੋਕ ਸਾਲਾਂ ਚ ਸੱਚੇ ਪਾਤਸ਼ਾਹ ਨੇ ਕਿਰਪਾ ਕਰਤੀ ਜੀ ਤੇ ਬਾਪੂ ਵੀ ਫਿਰ ਖੁਸ਼ ਹੋ ਗਿਆ ਜਦੋਂ ਰੁਗ ਨੋਟਾਂ ਦੇ ਲਿਆ ਕੇ ਆਏ ਦੇਣ ਲੱਗਿਆ ਮੈਂ ਕਹਿੰਦਾ ਯਾਰ ਆ ਤਾਂ ਗੰਮ ਠੀਕ ਹੈ ਤੇਰਾ ਅੱਜ ਉਹ ਪੁਲਿਸ ਵਾਲਾ ਤਾਂ ਫਿਰ ਮੈਂ ਛੇਤੀਓ ਛੜਦਾ ਰਸਾ ਛੇਤੀ ਲਾਤਾ ਹੈ ਤੇ ਅੱਛਾ ਉਧਰੋਂ ਵੀ ਮੈਨੂੰ ਪੈਸੇ ਤਾਂ ਮਿਲਦੇ ਹੀ ਸੀ ਉਸ ਟਾਈਮ ਦੇ ਉੱਤੇ ਕੋਈ ਕੰਟਰੈਕਟ ਬੇਸ ਦੇ ਉੱਤੇ ਪਰ ਮੈਂ ਖੁੱਲਾ ਸੀ ਮੈਨੂੰ ਉਹਦੇ ਆਪਦੇ ਕੰਟਰੈਕਟ ਦੇ ਵਿੱਚ ਵੀ ਇਹ ਲਿਖਿਆ ਸੀ ਕਿ ਮੈਨੂੰ ਆਪਦਾ ਕੰਮ ਜਿੱਥੇ ਮਰਜ਼ੀ ਮੈਂ ਕਰਾਂ ਤੇ ਉਹਦੇ ਚ ਅਬਰੌਡ ਟੂਰਸ ਵੀ ਕੀਤੇ ਸਾਰਾ ਕੁਝ ਕੀਤਾ ਤੇ ਉਸ ਓਪਰਚੁਨਿਟੀ ਕਰਕੇ ਹੀ ਮੈਂ ਉਹ ਜੁਆਇਨ ਕੀਤਾ ਸੀ ਤੇ ਉਹ ਤਾਂ ਰੱਸਾ ਪੱਕਾ ਪਾਉਣਾ ਚਾਹੁੰਦੀ ਸੀ ਵੀ ਪੈਰ ਚ ਪਾ ਲਈਏ ਮੁੜ ਕੇ ਨਿਕਲੇ ਨਾ ਹੈ ਪੁੱਤ ਹੈ ਤੇ ਪਰ ਮੇਰੀ ਖੁਸ਼ਕਿਸਮਤੀ ਕਹਿ ਲੋ ਜਾਂ ਥੋੜਾ ਮੋਟਾ ਪੜ੍ਹਾਈ ਜਿਹੜੀ ਵਿਦਿਆ ਮਾਪੇ ਨੇ ਤਾਲੀਮ ਦਿੱਤੀ ਜੀ ਹਾਂ ਤੇ ਉਹ ਉਹਦਾ ਮੈਂ ਫਾਇਦਾ ਘਟਿਆ ਪਰ ਬਾਈ ਜੀ ਹੁਣ ਲੋਕ ਇਹ ਗੱਲ ਕਹਿੰਦੇ ਕਿ ਪੰਮੀ ਬਾਈ ਨੇ ਗਾਇਕੀ ਛੱਡ ਦਿੱਤੀ ਆ ਕੌਣ ਕਹਿੰਦਾ ਬਾਈ ਲੋਕ ਇਹ ਗੱਲ ਕਹਿੰਦੇ ਆ ਜਿੱਥੇ ਚਾਰ ਬੰਦੇ ਬੈਠਦੇ ਹੋ ਕਹਿੰਦੇ ਯਾਰ ਪੰਮੀ ਬਾਈ ਦਾ ਕਦੇ ਕੋਈ ਗਾਣਾ ਨਹੀਂ ਸੁਣਿਆ ਹੁਣ ਦੇਖਦੇ ਨੇ ਉਸ ਪ੍ਰਚਾਰ ਦੇ ਮਾਧਮ ਨੂੰ ਨਹੀਂ ਅਪਣਾਉਂਦੇ ਜਾਂ ਉਸ ਪੱਧਰ ਦੇ ਉੱਤੇ ਗਾਣਾ ਨਹੀਂ ਕਰਦੇ ਇਹ ਗਾਇਕ ਕਿੱਥੇ ਛੁਪਣ ਛੋਤੇ ਕਿੱਥੇ ਹੋ ਗਏ ਆ ਕਿਤੇ ਸੇਵਾ ਮੁਕਤੀ ਤਾਂ ਨਹੀਂ ਲੈ ਲਈ ਵੀ ਕਿਤੇ ਇਹ ਤਾਂ ਨਹੀਂ ਵੀ ਚਲੋ ਯਾਰ ਜ਼ਿੰਦਗੀ ਦੇ ਵਿੱਚ ਜੋ ਕੁਝ ਕਰਨਾ ਸੀ ਪੰਮੀ ਬਾਈ ਸਿੰਘ ਕਰ ਲਿਆ ਬਸ ਹੁਣ ਬਹੁਤ ਹੋ ਗਿਆ ਪਹਿਲੇ ਬੋਲਦੇ ਆ ਆਰਟਿਸਟ ਕਦੇ ਵੀ ਆਪਦੇ ਆਪ ਨੂੰ ਉਸ ਨੈਗੇਟਿਵਿਟੀ ਚ ਲੈ ਕੇ ਨਹੀਂ ਜਾਂਦਾ ਤੇ ਪੰਮੀ ਬਾਈ ਨੇ ਪਿਛਲੇ 5 ਮਹੀਨਿਆਂ ਦੇ ਵਿੱਚ ਇੱਕ ਆਪਦਾ ਫੋਕ ਫਿਊਜ਼ਨ ਬੈਂਡ ਐਸਟੈਬਲਿਸ਼ ਕੀਤਾ ਜਿਹਦੇ ਚ ਤਮਾਮ ਪੰਜਾਬ ਦੇ ਲੋਕ ਸਾਜ਼ ਜੀ ਵੰਜਲੀ ਅਲਗੋਜ਼ਾ ਤੂੰਬਾ ਤੂੰਬੀ ਸਰੰਗੀ ਬੁਗਚੂ ਚਿੰਟਾ ਘੜਾ ਢੋਲ ਢੋਲ ਕੀ ਦੇ ਨਾਲ ਨਾਲ ਉਹਨੂੰ ਤੜਕਾ ਲਾਇਆ ਗਿਟਾਰਸ ਦਾ ਤੇ ਥੈਂਸ ਦਾ ਵਾਹ ਤੇ ਰੀਸੈਂਟਲੀ ਮੈਂ ਹਾਲੇ ਆਹ 3 ਤੇ 4 ਫਰਵਰੀ 5 ਫਰਵਰੀ 3 ਦਿਨ ਲਗਾਤਾਰ ਗੋਆ ਦੇ ਵਿੱਚ ਸ਼ੋਅ ਕਰਕੇ ਆਇਆ ਹਾਂ ਹਾਂਜੀ ਤੇ ਉਹ ਮੈਂ ਇੱਥੇ ਕਰਕੇ ਸੀ ਕਿ ਮੈਂ ਉਹਨੂੰ ਉਹ ਦਿਨ ਪਬਲਿਕ ਕਰਨਾ ਜਿੱਦ ਦਿਨ ਮੈਨੂੰ ਉਹਦੇ ਪੂਰਾ ਪਰਪਕਤਾ ਹੋ ਗਈ ਕਿ ਮੈਂ ਹੁਣ ਇਹ ਕਰ ਸਕਦਾ ਤੇ ਮੈਂ ਇਹ ਤੋਂ ਪਹਿਲਾਂ ਦੱਸਣਾ ਚਾਹੁੰਦਾ ਟੈਣਾ ਸਾਹਿਬ ਕਿ ਮੈਂ ਆਪਦੇ ਲੋਕ ਨਾਚਾਂ ਨੂੰ ਪ੍ਰੋਮੋਟ ਕੀਤਾ ਪੂਰੀ ਦੁਨੀਆ ਦੇ ਕੈਨਵਸ ਦੇ ਉੱਤੇ ਮੈਂ ਆਪਦੀ ਪੂਰੀ ਟੀਮ ਨਾਲ ਜਾਂਦਾ ਰਿਹਾ ਤੇ ਹੁਣ ਮੈਂ ਸੋਚਿਆ ਕਿ ਲੋਕ ਨਾਚਾਂ ਦੀ ਇੱਕ ਉਮਰ ਹੁੰਦੀ ਹੈ ਤੇ ਹੁਣ ਕਿਉਂਕਿ ਥਾਂ-ਥਾਂ ਤੇ ਡੀਜੇ ਸਿਸਟਮ ਚ ਹਰ ਥਾਂ ਤੇ ਭੰਗੜੇ ਗਿੱਧੇ ਵਾਲੇ ਮੁੰਡੇ ਤੁਰੇ ਫਿਰਦੇ ਨੇ ਤੇ ਹੁਣ ਮੈਂ ਆਪਣੀ ਵਿਰਾਸਤੀ ਗਾਇਕੀ ਜੀ ਕੋਈ ਬੰਦਾ ਹੀਰ ਨਹੀਂ गा ਰਿਹਾ ਤੇ ਮੈਂ ਹੀਰ ਵੀ ਗਾਈ ਹੈ ਹੈ ਕੋਈ ਬੰਦਾ ਪੀਲੂ ਦਾ ਮਿਰਜ਼ਾ ਨਹੀਂ गा ਰਿਹਾ ਤੇ ਮੈਂ ਉਹ ਵੀ ਗਾਉਣਾ ਹੈ ਸਾਡਾ ਫੋਕ ਸੱਸੀ ਸੈਫਲ ਮਲੂਕ ਉਹ ਚੀਜ਼ਾਂ ਕਿੱਥੇ ਗਈਆਂ ਤੇ ਭਾਈ ਜੀ ਇਹ ਨਹੀਂ ਲੱਗਦਾ ਵੀ ਅੱਜ ਦੇ ਦੌਰ ਦੇ ਵਿੱਚ ਜਦੋਂ ਗਾਉਣ ਵਾਲਾ ਵੀ ਤੇ ਸੁਣਨ ਵਾਲਾ ਵੀ ਅੱਧਾ ਗਾਣਾ ਪੰਜਾਬੀ ਚ ਪਾਉਣਾ ਗਾਣਾ ਅੰਗਰੇਜ਼ੀ ਚ ਉਹ ਸਾਰਾ ਕੁਝ ਮਿਲਗੋ ਪਿਆ ਚੱਲਦਾ ਉਸ ਦੌਰ ਦੇ ਵਿੱਚ ਸੱਸੀ ਦੀ ਗੱਲ ਪੀਲੂ ਦੇ ਮਿਰਜ਼ੇ ਦੀ ਗੱਲ ਹੀਰ ਦੀ ਗੱਲ ਹੋਰ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਕਿਉਂ ਘਟੀ ਜਾਂਦੀ ਹੈ ਦੇਖੋ ਗੱਲ ਇਹ ਹੈ ਜਦੋਂ ਤੁਸੀਂ ਮਾਲ ਪਰੋਸੋਗੇ ਨਹੀਂ ਤੇ ਆਪੀ ਘਟਣੀ ਹੈ ਹੂੰ ਦੱਸੋ ਪੰਜਾਬ ਚ ਹੱਥ ਖੜਾ ਕਰਕੇ ਕੋਈ ਬਹਾਦੇ ਕੰਮ ਕਰ ਰਿਹਾ ਪੰਮੀ ਬਾਈ ਤੋਂ ਸਵਾਏ ਸਾਰੇ ਗਾਇਕ ਕਮਰਸ਼ੀਅਲ ਨੇ ਕਮਰਸ਼ੀਅਲ ਮੈਂ ਵੀ ਹਾਂ ਪਰ ਮੈਂ ਉਹਨਾ ਕਮਰਸ਼ੀਅਲ ਨਹੀਂ ਹੈਗਾ ਕਿ ਮੈਂ ਆਪਣੀ ਜ਼ਮੀਰ ਨੂੰ ਵੇਚ ਦੇਂਦਾ ਤੇ ਮੈਂ ਚਾਹਣਾ ਹੈਗਾ ਕਿ ਮੇਰੇ ਮੈਨੂੰ ਪੰਜਾਬੀਆਂ ਨੇ ਇੱਥੇ ਤੱਕ ਪਹੁੰਚਾਇਆ ਤੇ ਮੈਂ ਆਪਣੇ ਪੰਜਾਬ ਦੀ ਵਿਰਾਸਤ ਨੂੰ ਜਿਉਂਦਾ ਰੱਖਣ ਦੇ ਲਈ ਅਖੀਰਲੇ ਦਮ ਤੱਕ ਜਿੰਨੀ ਦੇਰ ਤੱਕ ਸੱਚੇ ਪਾਤਸ਼ਾਹ ਨੇ ਮੈਨੂੰ ਸਾਹ ਬਖਸ਼ੇ ਨੇ ਇਹ ਜ਼ਿੰਦਗੀ ਬਖਸ਼ੀ ਹੈ ਤੇ ਮੈਂ ਆਪਣੇ ਇਸ ਲੋਕਧਾਰਾ ਲਈ ਕੰਮ ਕਰਾਂ ਤੇ ਲੋਕਾਂ ਲਈ ਕੰਮ ਕਰਾਂ ਲੋਕਾਂ ਦਾ ਬਣ ਕੇ ਰਹਾ ਲੋਕਾਂ ਵਿੱਚ ਰਾਂ ਤੇ ਉਹਨਾਂ ਨੂੰ ਦੱਸਾਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਦੱਸਾਂ ਕਿ ਆਹ ਇਨਸਟਰੂਮੈਂਟ ਸਾਡੇ ਆਪਦੇ ਨੇ ਮੈਂ ਤੇ ਇਹਦੇ ਉੱਤੇ ਪਹਿਲਾਂ ਰਿਸਰਚ ਵਰਕ ਕੀਤਾ ਪੰਜਾਬ ਯੂਨੀਵਰਸਿਟੀ ਪਟਿਆਲਾ 'ਚ ਫੋਕਲ ਇੰਸਟਰੂਮੈਂਟ ਆਫ ਪੰਜਾਬ ਦੇ ਉੱਤੇ ਮੈਂ ਡਾਕੂਮੈਂਟੇਸ਼ਨ ਕੀਤੀ ਹੈ ਡਾਂਸਿਸ ਦੇ ਉੱਤੇ ਡਾਕੂਮੈਂਟੇਸ਼ਨ ਕੀਤੀ ਹੈ ਸੋ ਕਹਾਣੀ ਇਹ ਹੈਗੀ ਹੈ ਕਿ ਮੈਂ ਸਾਰਾ ਕੁਝ ਜਿੰਨਾ ਵੀ ਕਰਦਾ ਹੈਗਾ ਉਹ ਮੈਂ ਸਿੱਖ ਕੇ ਕੀਤਾ ਤੇ ਸਟਿਲ ਸਿੱਖ ਰਿਹਾ ਹਾਂ ਵਿਦਿਆਰਥੀਆਂ ਮੈਂ ਆਪਣੇ ਸਿੱਖਣ ਦੇ ਬੂਹੇ ਵਾਰੀਆਂ ਹਮੇਸ਼ਾ ਹੀ ਖੁੱਲੇ ਰੱਖੇ ਨੇ ਆਪ ਤੋਂ ਛੋਟੇ ਤੋਂ ਵੀ ਸਿੱਖ ਲੈਣਾ ਹਾਣੀ ਤੋਂ ਵੀ ਸਿੱਖ ਲੈਣਾ ਵੱਡੇ ਤੋਂ ਵੀ ਸਿੱਖ ਲੈਣਾ ਜੀ ਤੇ ਇਸੇ ਕਰਕੇ ਮੈਂ ਤਰੋਤਾ ਜਾ ਰਹਿਣਾ ਜੀ ਪਰ ਤੁਹਾਨੂੰ ਇਹਦਾ ਦੂਸਰਾ ਪੱਖ ਇਹ ਵੀ ਹੈ ਕਿ ਇੱਕ ਚੁਣੌਤੀ ਵੀ ਤਾਂ ਬਹੁਤ ਵੱਡੀ ਹੈ ਅੱਜ ਜਿੱਥੇ ਅਸੀਂ ਇਹ ਗੱਲ ਕਰਦੇ ਹਾਂ ਜਦੋਂ ਗਾਇਕਾਂ ਨੂੰ ਇਹ ਪੁੱਛਦੇ ਆ ਕਿ ਅੱਜ ਗੀਤ ਜਿਹੜੇ ਆ ਉਹ ਥੋੜੇ ਜਿਹੀ ਹੋ ਲੱਥੇ ਜੇ ਔਣ ਵੀ ਲੱਗ ਪਏ ਨੇ ਹੈਨਾ ਤੇ ਉਹ ਅਕਸਰ ਇਹ ਗੱਲ ਕਹਿੰਦੇ ਵੀ ਸਰੋਤੇ ਇਹੋ ਜੀ ਮੰਗ ਕਰਦੇ ਨੇ ਸੋ ਤੁਹਾਡੇ ਲਈ ਇਹ ਚੁਣੌਤੀ ਵੀ ਤਾਂ ਹੈ ਕਿ ਜਿੱਥੇ ਸਰੋਤੇ ਅੱਜ ਇਹੋ ਜੀ ਗੀਤਾਂ ਨੂੰ ਪਿਆਰ ਕਰ ਰਹੇ ਉੱਥੇ ਆਪਣੇ ਸੱਭਿਆਚਾਰ ਦੀ ਆਪਣੇ ਵਿਰਾਸਤ ਦੀ ਗੱਲ ਕਰਨੀ ਇਹ ਵੀ ਤਾਂ ਤੁਹਾਨੂੰ ਇਹ ਨਹੀਂ ਲੱਗਦਾ ਵੀ ਥੋੜਾ ਜਿਹਾ ਔਖਾ ਹੋਊਗਾ ਇਥੇ ਸ਼ੋਅ ਕਰਕੇ ਆਇਆ ਉਥੇ ਬੜੇ ਗਾਇਕ ਆਏ ਜੀ ਉਥੇ ਗੁਰੂ ਰੰਧਾਵਾ ਵੀ ਆਇਆ ਹਮ ਉਥੇ ਲਖਬਿੰਦਰ ਬਡਾਲੀ ਵੀ ਆਇਆ ਜੀ ਉਥੇ ਜੇਜੀ ਵੀ ਵੀ ਆਇਆ ਉਥੇ ਹਾਰਦੀ ਸੰਧੂ ਵੀ ਆਇਆ ਹਮ ਉਥੇ ਆਰਡੀ ਵੀ ਵਾਲੇ ਵੀ ਆਏ ਜੀ ਤੇ ਉਥੇ ਕਹਿੰਦੇ ਨੇ ਇੰਦਰਪਾਲ ਹੁਣੀ ਮੋਗਾ ਉਹ ਵੀ ਆਏ ਹੋਰ ਬੜੇ ਆਏ ਪਰ ਸਭ ਤੋਂ ਵੱਧ ਲੋਕਾਂ ਨੇ ਸਾਨੂੰ ਸਰਾਇਆ ਹਮ ਕਿਉਂ ਸਾਡੇ ਕੋਲ ਨਾਂ ਤਾਂ ਕੰਨ ਬਾੜਮਾ ਉਹ ਜਾ ਕੁਝ ਹੈਗਾ ਤੇ ਅਸੀਂ ਲੋਕਾਂ ਨੂੰ ਸੁਣਾਉਨੇ ਆ ਜੀ ਹੈ ਅਸੀਂ ਗਾਇਕੀ ਸੁਣਾਉਨੇ ਆ ਅਸੀਂ ਕਾਲੀ ਐਨਕਾਂ ਲਾ ਕੇ ਨੇਰੇ 'ਚ ਨਹੀਂ ਹੱਥ ਮਾਰਦੇ ਅਸੀਂ ਆਈ ਕੰਟੈਕਟ ਬਣਾਉਂਦੇ ਹਾਂ ਬੰਦਿਆਂ ਦੇ ਨਾਲ। ਸੋ ਕਹਾਣੀ ਇਹ ਹੈ ਕਿ ਹਰਮਨ ਕਿ ਮੇਰੇ ਕੋਲੇ ਖਾਲਸ ਕਿਉ ਹੈ ਦੇਸੀ ਕਿਉ ਹੈ। ਜੀ ਜਿਨੇ ਦੇਸੀ ਖਾਣਾ ਹੈ ਉਹ ਪੰਮੀ ਬਾਈ ਨੂੰ ਸੱਦੂਗਾ ਤੇ ਜਿਨੇ ਰਿਫਾਈਨਡ ਖਾਣਾ ਹੈ ਤੇ ਉਹ ਉਹਨਾਂ ਨੂੰ ਸੱਦੂਗਾ। ਆਪੇ ਨਾੜੀ ਨੂੜੀ ਬਲਾਕ ਹੋ। ਬਾਈ ਜੀ ਜਿਹੜੇ ਕਰਕੇ ਜਿਹੜੇ ਗੀਤ ਦੇ ਕਰਕੇ ਪੰਮੀ ਬਾਈ ਨੂੰ ਸਾਰੇ ਜਾਣਦੇ ਆ। ਵੇ ਮਾ ਪਾਣੀ ਪਰ ਨੀਆਂ ਪਤਣ ਉਹਦਾ ਸਥਾਈ ਤੇ ਅੰਤਰਾ ਉਹ ਮੈਂ ਕਿਹਾ ਜੀ ਲਓ ਨੀ ਮੈਂ ਪਾਣੀ ਛਿ ਛ ਨੀ ਮੈਂ ਪਾਣੀ ਭਰੇ ਨੀਆਂ ਪਤਣੋ ਬੜੇ ਨਣ ਛਿ ਛ ਉਹ ਬੜੇ ਨਨ ਨਾ ਰਹਿੰਦੇ ਤਕਣੋ ਅੱਲਾ ਜਾਣੇ ਓਏ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲ ਉਹ ਮੇਰਾ ਢੋਲ ਜਵਾਨੀ ਆਮਾਣੇ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੈਢਾ ਢੋਲ ਜਵਾਨੀ ਆਮਾਣੇ ਵਾਹ ਕੀ ਬਾਤ ਹੈ ਬਹੁਤ ਖੂਬ ਬਹੁਤ ਖੂਬ ਥੈਂਕ ਯੂ ਬਈ ਤੁਹਾਡੇ ਬਾਰੇ ਨਾ ਦੋ ਗੱਲਾਂ ਬੜੀਆਂ ਮਸ਼ਹੂਰ ਆ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਲੱਗਦਾ ਉਕੇ ਮੂੰਹ ਤੇ ਕੋਈ ਨਹੀਂ ਕਹਿਣਾ ਹੁੰਦਾ ਤੇ ਪਿੱਠ ਪਿੱਛੇ 3600 ਗੱਲ ਮੇਰੇ ਬਾਰੇ ਵੀ ਹੁੰਦੀ ਹੋਣੀ ਹੈ ਵੀ ਚੰਗਾ ਹੈ ਮਾੜਾ ਹੈ ਜਿਵੇਂ ਵੀ ਹੈ ਦੋ ਗੱਲਾਂ ਵੀ ਇੱਕ ਤਾਂ ਛਲਪਮੀ ਬਾਈ ਤੇ ਇੱਕ ਹੈ ਪੂਰੀਆਂ ਕੁੰਡੀਆਂ ਮੁੱਛਾਂ ਵਾਲਾ ਇਹਦੇ ਮੈਨੂੰ ਹੱਥ ਫੇਰ ਲਾਂਦੇ ਫੇਰ ਮੈਨੂੰ ਬੜੇ ਲੋਕ ਪੁੱਛਦੇ ਨੇ ਮੈਨੂੰ ਅੱ데 ਤਾਂ ਨਾ ਹੀ ਪੁੱਛਦੇ ਨੇ ਭਾਈ ਜੀ ਮੁੱਛਾ ਕਿੱਥੋਂ ਸੈੱਟ ਕਰਾਉਂਦੇ ਹੋ ਮੈਂ ਕਿਤੇ ਕਰਾਈਆਂ ਹੀ ਨਹੀਂ ਹਾਂ ਕਦੇ ਕਰਾਈਆਂ ਹੀ ਨਹੀਂ ਇਹ ਮੁੱਛਾਂ ਜਦੋਂ ਮੈਂ ਜੀਤਾ ਦੇ ਹਿਸਾਬ ਤੇ ਆਪੇ ਹੀ ਖੜੀਆਂ ਰਹਿ ਜਾਂਦੀਆਂ ਹਾਂ ਇਹ ਜਦੋਂ ਮੈਂ ਯੂਨੀਵਰਸਿਟੀ ਚ ਪੜਦਾ ਸੀ ਉਦੋਂ ਸਾਡੇ ਭੰਗੜੇ ਦੇ ਵਿੱਚ ਸਿਲੈਕਸ਼ਨ ਹੀ ਉਹਦੀ ਹੁੰਦੀ ਸੀ ਜਿਹਦੀ ਅੱਖ ਮੁੱਛ ਖੜੀ ਹੈ ਹਾਂ ਤੇ ਸਾਡੀਆਂ ਉਦੋਂ ਦੀਆਂ ਖੜੀ ਜਾਂਦੇ ਵਾਵਾ ਭੱਲੇ ਉਹਨਾ ਨਹੀਂ ਤੇਰਾ ਮੁੱਛਾਂ ਤੇ ਤਵਾ ਲਾਇਆ ਹੈ ਹੈ ਤੇ ਆਪਣਾ ਮਿੱਤਰ ਹੈ ਉਹ ਭਰਾ ਹੈ ਵੱਡਾ ਤੇ ਪਰ ਕਹਾਣੀ ਇਹ ਹੈਗੀ ਹੈ ਕਿ ਨਾ ਇਹ ਪੰਜਾਬੀ ਦੀ ਪਛਾਣ ਹੈ ਨਰੇ ਭਾਈ ਜੀ ਕੰਮੀ ਨਾ ਹੋ ਜਾ ਕਰੋ ਜਿਹਦੇ ਕਰਕੇ ਮੁੱਛ ਨੀਵੀ ਹੋ ਜਾਈ ਹਾਂ ਬਿਲਕੁਲ ਐਸੀ ਕਰਕੇ ਆਹ ਬੈਠੀਆਂ ਤੁਹਾਡੇ ਸਾਹਮਣੇ ਚਿੱਟੇ ਕੱਪੜੇ ਪਾ ਕੇ ਬੈਠੇ ਆ ਹਾਂ ਇਹਨਾਂ ਤੇ ਹੁਣ ਤੱਕ ਤਾਂ ਸੱਚੇ ਪਾਸ਼ਾ ਦੀ ਕਿਰਪਾ ਨਾਲ ਕੋਈ ਦਾਗ ਨਹੀਂ ਲੱਗਣ ਦਿੱਤਾ ਹਾਂ ਤੇ ਮੈਂ ਲੋਕਾਂ ਨੂੰ ਇਹ ਵੀ ਦੱਸਦਾ ਹਾਂ ਕਿ ਮੈਂ ਤਾਂ ਇੱਕ ਚੌਂਕੀਦਾਰ ਦਾ ਕੰਮ ਕਰ ਰਿਹਾ ਹਾਂ ਅਬਦੀ ਪੰਜਾਬੀ ਮਾਂ ਬੋਲੀ ਦੇ ਲਈ ਅਬਦੇ ਪੰਜਾਬੀ ਵਿਰਸੇ ਦੇ ਲਈ ਕਲਚਰ ਦੇ ਲਈ ਪੂਰੀ ਦੁਨੀਆ 'ਚ ਹੋਕਾ ਦਿਨਾ ਜਿੱਥੇ ਕਿਤੇ ਵੀ ਜਾਣਾ ਆ ਰੀਸੈਂਟਲੀ ਹੁਣ ਗਾਣਾ ਕਰਕੇ ਆਏ ਆ ਅਮਰੀਕਾ ਦੇ ਵਿੱਚ ਤੇ ਉਹ 20 ਸਾਲ ਪਹਿਲਾਂ ਗਾਣਾ ਕੀਤਾ ਸੀ ਉਦੋਂ ਕਿਮੀ ਬਰਮਾ ਦਾ ਪਹਿਲਾ ਗਾਣਾ ਸੀ ਐਜਨ ਮਾਡਲ ਤੇ ਹਰਸ਼ਦੀਪ ਦਾ ਪਹਿਲਾ ਗਾਣਾ ਸੀ ਐਜਨ ਸਿੰਗਰ ਤੇ ਹਰਸ਼ਦੀਪ ਬਾਲੀਵੁੱਡ ਦੀ ਵੱਡੀ ਸਟਾਰ ਬਣ ਗਈ ਤੇ ਉਹਦੀ ਪਿੱਠ ਸੁਣਦੀ ਹੈ ਉਹਨੇ ਦੂਜੀ ਵਾਰ ਜਿਹੜਾ ਕਹਿੰਦੇ ਨੇ ਸਦਕੇ ਮੈਂ ਤੇਰੇ ਆਰੀ 2 ਟੱਪੇ ਬੋਲੀਆਂ ਜਿਹੜਾ ਕੀਤਾ ਉਹਦੇ ਚ ਉਹਨੇ ਕੋਈ ਪੈਸਾ ਨਹੀਂ ਲੱਤਾ ਕਿਮੀ ਬਰਮਾ ਦੀ ਪਿੱਠ ਸੁਣਦੀ ਹੈ ਉਹ ਕਹਿੰਦੀ ਮੈਂ ਕੰਮ ਕਰੂੰਗੀ ਮੈਂ ਕੋਈ ਪੈਸਾ ਨਹੀਂ ਲੈਣਾ ਵਾਹ ਵਾਹ ਹੈ ਸੋ ਆਰਟਿਸਟ ਨੇ ਇੰਨਾ ਮਾਨ ਵੱਡਾ ਦਿੱਤਾ ਮੈਨੂੰ ਤੇ ਉਹ ਗਾਣਾ ਜੂਬਾ ਸਿਟੀ ਦੇ ਵਿੱਚ ਅਮਰੀਕਾ ਦੇ ਵਿੱਚ ਅਸੀਂ ਪਿਕਚਰਾਈਜ਼ ਕੀਤਾ ਉਹ ਸਾਰੇ ਮੇਰੇ ਦੋਸਤ ਜਿਹੜੇ ਉੱਥੇ ਅਮਰੀਕਾ ਦੇ ਵਿੱਚ ਨੇ ਚਾਹੇ ਉਹ ਓੰਕਾਰ ਕੰਗ ਹੈ ਚਾਹੇ ਦਲਜੀਤ ਬਸਾਤੀ ਹੈ ਰੀਨੋ ਤੋਂ ਚਾਹੇ ਰਜਿੰਦਰਪਾਲ ਕਹਿੰਦੇ ਨੇ ਮੇਰਾ ਰਿਸ਼ਤੇਦਾਰ ਵੀ ਹੈ ਤੇ ਮੇਰਾ ਦੋਸਤ ਜਾਦੇ ਹੈਗਾ ਰੌਬਰਟ ਲਹਿਲ ਤੇ ਉਹਨਾਂ ਬੰਦਿਆਂ ਨੇ ਤੇ ਸਾਡਾ ਇੱਕ ਦੋਸਤ ਇੱਥੋਂ ਗਿਆ ਹੋਇਆ ਸੀ ਕਹਿੰਦੇ ਨੇ ਗੀਤਕਾਰ ਛੋਟੀ ਦਿੱਲੀ ਵਾਲਾ ਉਹਨੇ ਸਾਰੀ ਪ੍ਰੋਡਕਸ਼ਨ ਸੰਭੀ ਤੇ ਅਸੀਂ ਉੱਥੇ ਬੜਾ ਕਹਿੰਦੇ ਨੇ ਉਸ ਧਰਤੀ ਤੇ ਜਾ ਕੇ ਉੱਥੇ ਕੈਮਰੇ ਹਾਇਰ ਕੀਤੇ ਹੈ ਤੇ ਉੱਥੇ ਟਰੱਕ ਸਾਰਾ ਕੁਝ ਕੀਤਾ ਤੇ ਉਹ ਗਾਣਾ ਲਾਂਚ ਕੀਤਾ ਇੱਥੇ ਕੁਝ ਮੇਰੇ ਦੋਸਤਾਂ ਨੇ ਵਿਕਰਮ ਸੰਧੂ ਹੈਗਾ ਮੁੰਡਾ ਬੰਬਈ ਉਹਨੇ ਕਹਿੰਦਾ ਭਾਈ ਜੀ ਡਿਟ ਮੈਂ ਕਰਨਾ ਗਾਣਾ ਮੈਂ ਕਹਿੰਦਾ ਲਓ ਫੜੋ ਤੁਸੀਂ ਡਿਟ ਕਰੋ ਫਿਰ ਉਹਨੇ ਐਡਵਰਟਾਈਜ਼ਮੈਂਟ ਕਹਿੰਦਾ ਪੀਟੀਸੀ ਤੇ ਸਾਰੀ ਮੈਂ ਕਰਨੀ ਹੈ ਸੋ ਜਿਹੜੇ ਦੋਸਤ ਨੇ ਤੁਹਾਡੇ ਬਾਹਾਂ ਬਣ ਜਾਂਦੇ ਨੇ ਪਰ ਭਾਈ ਇੱਕ ਸਮੇਂ ਸਮੇਂ ਤੇ ਤੁਹਾਡੇ ਉੱਤੇ ਦੋਸ਼ ਵੀ ਲੱਗਾ ਉਹ ਜੱਟਵਾਦ ਦਾ ਪ੍ਰਚਾਰ ਬਹੁਤ ਕੀਤਾ। ਵਾਹ ਮੰਗੜੇ ਤੀਆਂ ਦੇ ਵਿੱਚ ਨੱਚੜਾ ਇੱਕ ਮਿੰਟ ਜੱਟੀਆਂ ਦਾ। ਮੈਂ ਜੱਟੀਆਂ ਦਾ ਵੀ ਕੀਤਾ ਹੈ। ਜੱਟ ਚੱਟਣੇ ਤੇ ਭੋਲੂ ਹੋਏ ਨੇ ਰਹਿਣ ਦਾ। ਇਹ ਗੱਲਾਂ ਸੱਚੀਆਂ ਕਰੇ। ਤੇ ਉਹ ਦੋ ਚੀਜ਼ਾਂ ਜੱਟ ਮੈਨੂੰ ਦਾ ਦਾਰੂ ਘਰ ਦੀ ਬੰਦੂਕ ਬਾਰਾ ਬੋਰ ਦੀ। ਜੱਟਾਂ ਦੇ ਡਰਾਈਵਰ ਟਰੱਕਾਂ ਦੇ। ਜੱਟ 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 ਕਈ ਲੋਕਾਂ ਦਾ ਇਹ ਕਹਿਣਾ ਵੀ ਜੱਟ ਤੋਂ ਬਾਹਰ ਹੀ ਨਹੀਂ ਨਿਕਲੇ। ਦੇਖੋ ਮੈਂ ਇਹ ਦੱਸਣਾ ਚਾਹੁੰਦਾ ਇਸ ਤੁਹਾਡੇ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਕਿ ਜੱਟ ਤੁਸੀਂ ਸਮਝਦੇ ਕੀ ਨੂੰ? ਹੂੰ। ਜੱਟ ਤਾਂ ਬ੍ਰਾਹਮਣ ਵੀ ਐ ਜੱਟ ਤਾਂ ਬਾਣੀਆਂ ਵੀ ਐ ਹਰ ਬੰਦਾ ਜਿਹੜਾ ਕਾਸ਼ਤਕਾਰ ਨਾਲ ਖੇਤੀ ਨਾਲ ਜੁੜਿਆ ਬਿਜ਼ਨਸ ਕਰਦਾ ਉਹ ਜੱਟ ਐ ਹੂੰ ਤੇ ਜੱਟ ਪੰਜਾਬ ਦਾ ਨਾਇਕ ਐ ਤੇ ਜੇ ਮੈਂ ਨਾਇਕ ਦੀ ਗੱਲ ਨਹੀਂ ਕਰੂੰਗਾ ਤਾਂ ਮੈਂ ਖਲ ਨਾਇਕ ਦੀ ਕਰਾਂ ਮੈਨੂੰ ਇਹ ਦੱਸ ਦਿਓ ਇਹਦਾ ਜਵਾਬ ਦੇ ਦਿਓ ਹੂੰ ਮੈਂ ਕਦੇ ਵੀ ਕਿਉਂਕਿ ਗੀਤ ਮੈਂ ਆਪ ਨਹੀਂ ਲਿਖਦਾ ਮੈਂ ਲੋਕਾਂ ਤੋਂ ਲਿਖੇ ਹੋਏ ਲੈਣਾ ਪਹਿਲਾਂ ਭਾਈ ਜੀ ਦੇਵ ਤਰੀਕੇ ਵਾਲਿਆਂ ਦੇ ਬੜੇ ਗਾਣੇ ਗਾਏ ਨੇ ਉਹਨਾਂ ਦੇ ਸੀ ਜੱਟ ਜੱਟਾਂ ਦੇ ਤੇ ਭੋਲੂ ਨਾਰੈਣ ਦਾ ਐ ਸੋ ਜਾ ਵਿਜੇਤਾ ਮੀ ਦੇ ਗੀਤ ਗਾਏ ਨੇ ਜਾਂ ਸਾਹਿਬ ਸਾਬੀ ਦੇ ਗਾਏ ਨੇ ਤੇ ਜਾਂ ਦਵਿੰਦਰ ਖੰਨੇ ਵਾਲੇ ਦੇ ਗਾਏ ਨੇ ਐ ਸੋ ਐਸ ਕਿਸਮ ਦੇ ਲੋਕਾਂ ਦੇ ਜਿਹੜੇ ਵੱਡੇ ਗੀਤਕਾਰ ਨੇ ਦੇਵੀ ਬਾਈ ਦਾ ਗਾਣਾ ਗਾਇਆ ਹਾਂ ਜੱਟ ਪੰਜਾਬੀ ਦੋਸਤੋ ਸਾਨੂੰ ਮਾਣ ਪੰਜਾਬੀ ਹੋਣ ਦਾ ਹਾਂਜੀ ਹਾਂ ਹਾਲਾਂਕਿ ਉਹ ਉਹ ਮੈਂ ਲਿਖਿਆ ਸੀ ਉਹਦੇ ਵਿੱਚ ਮੰਗੀ ਨੇ ਕਿ ਮੈਂ ਜੱਟ ਪੰਜਾਬੀ ਦੋਸਤੋ ਮੈਂ ਕਿਹਾ ਵੀ ਮੈਂ ਤਾਂ ਇੱਕ ਬੜਾ ਹੰਕਾਰ ਦਾ ਸ਼ਬਦ ਹੈ ਇਹ ਨਹੀਂ ਮੈਂ ਗਾਉਣਾ ਤੇ ਮੈਂ ਬਾਅਦ ਚ ਉਹਨੂੰ ਸਟੇਜਾਂ ਤੇ ਪੁੱਤ ਪੰਜਾਬੀ ਦੋਸਤੋ ਗਾ ਕੇ ਵੀ ਗਾ ਦੇਣਾ ਹੈ ਤਾਂ ਕਿ ਲੋਕਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਮੇਰਾ ਕੋਈ ਇਸ ਤਰ੍ਹਾਂ ਦਾ ਜੱਟ ਬਾਦ ਦਾ ਕੋਈ ਉਹ ਨਹੀਂ ਹੈਗਾ ਮੰਡੇਟ ਨਹੀਂ ਹੈਗਾ ਕਿ ਮੈਂ ਜੱਟਾਂ ਦੇ ਗਾਣੇ ਗਾਉਣੇ ਨੇ ਮੈਂ ਉਹਨਾਂ ਤੋਂ ਬਿਨਾਂ ਵੀ ਬੜੇ ਗਾਣੇ ਗਾਏ ਨੇ ਤੇ ਮੈਂ ਤਰਾਸਦੀ ਦੇ ਗਾਣੇ ਵੀ ਗਾਏ ਨੇ ਤੇ ਪਰ ਮੈਨੂੰ ਹੁਣ ਤੱਕ ਇਸ ਗੱਲ ਦੇ ਉੱਤੇ ਮਾਨ ਹੈ ਕਿ ਮੈਂ ਉਹ じゃ ਕੋਈ ਗਾਣਾ ਨਹੀਂ ਗਾਇਆ ਜਿਹਦੇ ਨਾਲ ਮੈਨੂੰ ਮੇਰਾ ਸਿਰ ਨੀਵਾ ਹੋਵੇ ਮੈਨੂੰ ਆਪਣੇ ਪਰਿਵਾਰ ਚ ਬੈਠ ਕੇ ਮੇਰੀਆਂ ਮਾਮਾ ਮੇਰੀਆਂ ਭੈਣਾਂ ਮੇਰੀਆਂ ਧੀਆਂ ਮੇਰੇ ਭਰਾ ਮੇਰੇ ਬਜ਼ੁਰਗ ਬੱਚੇ ਇਕੱਠੇ ਬਹਿ ਕੇ ਮੇਰੇ ਗਾਣਿਆਂ ਨੂੰ ਇੰਜੋਏ ਕਰਦੇ ਨੇ ਸੁਣਦੇ ਨੇ ਤੇ ਸਦਕੇ ਮੈਂ ਤੇਰੇ ਰਿਲੀਜ਼ ਕਰਨ ਦੇ ਲਈ ਦੋ ਮੈਂਬਰ ਪਾਰਲੀਮੈਂਟ ਮਤਲਬ ਕਿ ਉਹਨਾਂ ਦਾ ਆਉਣਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਤੇ ਦੋ ਵੱਡੀਆਂ ਸਿੰਗਰਾਂ ਉਹ ਚਾਰ ਬੰਦੇ ਉੱਥੇ ਆਏ ਮਹਮਦ ਅਸਦੀਕ ਸਾਹਿਬ ਬੜੇ ਸਤਿਕਾਰਯੋਗ ਨੇ ਜਿਨ੍ਹਾਂ ਨੂੰ ਅਸੀਂ ਛੋਟੇ ਹੁੰਦਿਆਂ ਸੁਣਦੇ ਆਏ ਆ ਤੇ ਸਟਿਲ ਲਗਾ ਰਹੇ ਨੇ ਤੇ ਪਦਮਸ਼ੀਰੀ ਜਨਾਬ ਹੰਸਰਾਜ ਹੰਸ ਤੇ ਸੁਖੀ ਬਰਾਲ ਜੀ ਵੀ ਬਸਤਿੰਦਰ ਬੀਟੀ ਤੇ ਕਿਉਂਕਿ ਟਰੱਕਾਂ ਦਾ ਬਿਜ਼ਨਸ ਹੈ ਸਤਿੰਦਰ ਬੀਟੀ ਦਾ ਉਹਨੇ ਤੇ ਵਿਚਾਰੀ ਨੇ ਬੋਲਿਆ ਇਸ ਗੱਲ ਦਾ ਵੀ ਸਾਡਾ ਵੀ ਇਹੀ ਬਿਜ਼ਨਸ ਜਿਹਦੇ ਗਾਣਾ ਗਾਇਆ ਤੁਸੀਂ ਕਿਉਂਕਿ ਸਾਡਾ ਟਰਾਂਸਪੋਰਟ ਹੈ ਜਿਹੜਾ ਪੰਜਾਬ ਨਾਲ ਬਹੁਤ ਜੁੜਿਆ ਹੋਇਆ ਤੇ ਪੂਰਾ ਪੰਜਾਬੀ ਜਿਹੜਾ ਹੈਗਾ ਬਾਹਰ ਜਾ ਕੇ ਡਰਾਈਵਰੀਉ ਕਰਦਾ ਚਾਹੇ ਟੈਕਸੀ ਚਲਾਵੇ ਚਾਹੇ ਟਰੱਕ ਚਲਾਵੇ ਸੋ ਮੈਨੂੰ ਇਹ ਹੁੰਦਾ ਹੁੰਦਾ ਕਿ ਯਾਰ ਮੈਂ ਪਹਿਲਾਂ ਪੰਜਾਬ 'ਚ ਗਾਣਾ ਕੀਤਾ ਸੀ 20 ਸਾਲ ਪ ਤੇ ਹੁਣ 20 ਸਾਲ ਬਾਅਦ ਕਿਉਂਕਿ ਅਗਲੇ ਸਾਲ ਮੇਰੇ ਪੂਰੇ 30 ਸਾਲ ਹੋ ਜਾਣਗੇ ਐਜੇ ਪ੍ਰੋਫੈਸ਼ਨਲ ਉਹ ਤੋਂ ਪਹਿਲਾਂ ਜਿਹੜੇ 10 ਸਾਲ ਲਾਏ ਨੇ ਕਿਸੇ ਨੂੰ ਨਹੀਂ ਪਤਾ ਚਾਹੀ ਹੋਵੇ ਹੈ ਤੇ 40 ਹੋ ਜਾਣਗੇ ਜਿਹੜੇ ਉਹ ਤੋਂ ਪਹਿਲਾਂ 10 ਲਾਏ ਨੇ ਸਿੱਖਣ ਚ ਤੇ ਸ਼ੌਕੀਆ ਤੌਰ ਤੇ ਉਤੇ ਗਾਣ ਦੇ ਉਤੇ ਹੈ ਤੇ ਮੈਂ ਰੇਡੀਓ ਦਾ ਵੀ ਹਾਈ ਗ੍ਰੇਡ ਆਰਟਿਸਟ ਹ ਉਹ ਕਿਸੇ ਨੂੰ ਨਹੀਂ ਪਤਾ ਹੈਗਾ ਕਿ ਭਾਈ ਮੈਂ ਪੌੜੀ ਦਰ ਪੌੜੀ ਚੜ ਕੇ ਇੱਥੇ ਤੱਕ ਪਹੁੰਚਿਆ ਹਾਂ ਤੇ ਸਟਿਲ ਆਪਦਾ ਕੰਮ ਕਰਦਾ ਤੇ ਪਰ ਕਰਦਾ ਆਪ ਤੇ ਸ਼ੌਂਕ ਨਾਲ ਜੀ ਪਰ ਇਹਦੇ ਨਾਲ ਨਾਲ ਸ਼ੌਂਕ ਦੇ ਨਾਲ ਨਾਲ ਥੋੜੀ ਜੀ ਚੇਟਕਤਾ ਸਿਆਸਤ ਵਾਲੀ ਵੀ ਹੈਗੀ ਆ ਤੁਹਾਡੇ ਕੱਪੜੇ ਵੀ ਦੱਸ ਦਿੰਦੇ ਆ ਗੱਲਾਂ ਵੀ ਦੱਸ ਦਿੰਦੇ ਆ ਹੈਨਾ ਤੁਹਾਡੇ ਜ਼ਿਕਰ ਦੇ ਵਿੱਚ ਹੀ ਵਾਰ-ਵਾਰ ਕਿਤੇ ਨਾ ਕਿਤੇ ਕਦੀ ਐਮਪੀ ਸਾਹਿਬ ਦਾ ਜ਼ਿਕਰ ਕਦੀ ਕਿਸੇ ਦਾ ਜ਼ਿਕਰ ਕਦੀ ਕਿਸੇ ਦਾ ਸੋ ਕੋਈ ਪੁਵੇਖੀ ਯੋਜਨਾ ਮੈਨੂੰ ਲੱਗਦਾ ਕਿ ਇਧਰਲੇ ਵਾਲੇ ਪਾਸੇ ਦੁਬਾਰਾ ਤੋਂ ਕੁਝ ਹੈਗਾ ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਵਾਹਦ ਕਲਾਕਾਰ ਆ ਜਿਹੜਾ ਸਿਆਸਤ ਚੋਂ ਕਲਾਕਾਰ ਬਣਿਆ ਜੀ ਹੂੰ ਮੇਰੇ ਬਾਪੂ ਦੋ ਇਲੈਕਸ਼ਨਾਂ ਲੜੇ ਇੱਕ ਮੇਰੇ ਜਨਮ ਸਦਾ ਪ੍ਰਤਾਪ ਸਿੰਘ ਬਾਗੀ ਇੱਕ ਮੇਰੇ ਜਨਮ ਤੋਂ ਪਹਿਲਾਂ ਮਹਾਰਾਜਾ ਹਮੇਸ਼ੰਦਰ ਦੇ ਖਿਲਾਫ ਜੀ ਐਮਐਲਏ ਦੀ ਸਨਾਮ ਤੋਂ ਦੂਸਰੀ ਸਟਾਰਟ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਅਕਾਲੀ ਦਲ ਵੱਲੋਂ ਮੈਂ ਵੀ ਜਦੋਂ ਲਾਕ ਕੀਤੀ ਸੀ ਬੀਬਾ ਮੈਂ ਉਦੋਂ ਸੋਚਿਆ ਸੀ ਕਿ ਲੀਡਰ ਹੀ ਬਣਨਾ ਹੈ ਹਾਂ ਪੱਕਾ ਹੀ ਲੀਡਰ ਬਣਨਾ ਹੈ ਜੀ ਤੇ ਮੈਂ ਜੁਆਇਨ ਕਰ ਲਿਆ ਸ਼੍ਰੋਮਣੀ ਅਕਾਲੀ ਦਲ ਹਾਂ ਤੇ ਸੰਤਰਚੰਦ ਸਿੰਘ ਨੇ ਮੈਨੂੰ ਥਾਪਣਾ ਦਿੱਤਾ ਕਿ ਤੈਨੂੰ ਟਿਕਟ ਦੇਣੀ ਹੈ ਤੈਨੂੰ ਐਮਐਲਏ ਬਣਾਉਣਾ ਅੱਛਾ ਉਹ ਕੋਈ ਤੁਹਾਨੂੰ ਪ੍ਰਧਾਨ ਪਾਰਟੀ ਦਾ ਇਹ ਗੱਲ ਕਹਿ ਦੇ ਜੀ ਤੇ ਉਹ ਬੰਦਾ ਉਹੀ ਪੂੰਛ ਚੱਕ ਲੈਂਦਾ ਤੇ ਮੈਂ ਵੀ ਪੂੰਛ ਚੱਕ ਲਈ ਤੇ ਉਹ ਤਾਂ ਉਹ ਗੱਲ ਹੋ ਗਈ ਹੈ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦੜਾ ਜਾਬੋਂ ਸੁੱਟੀ ਹਾਂ ਤੇ ਉਹ ਤਾਂ ਸੰਤਾਂ ਦਾ ਸੈਸੀਨੇਸ਼ਨ ਹੋ ਗਿਆ 85 ਦੇ ਵਿੱਚ ਤੇ ਮੇਰੇ ਫਾਦਰ ਨੇ ਮੈਨੂੰ ਸਿਆਣਾ ਕਰਤਾ ਕਹਿੰਦੇ ਇਥੇ ਕੋਈ ਫਰਕ ਨਹੀਂ ਬਈ ਚਾ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਨੇ ਨਾ ਕਾਂਗਰਸ ਫਰਕ ਹੈ ਨਾ ਅਕਾਲੀ ਦਲ ਚ ਤੂੰ ਆਪਣੇ ਪੈਸੇ ਕਮਾ ਉਹ ਤੋਂ ਮਗਰੋਂ ਸ਼ੌਂਕ ਪੂਰਾ ਕਰ ਲਈ ਤੇ ਇਹ ਵੀ ਮੈਂ ਰੱਬ ਤੋਂ ਡਰ ਕੇ ਕਹਿਣਾ ਕਿ ਮੈਨੂੰ 2007 ਤੋਂ ਲੈ ਕੇ 22 ਤੱਕ ਜੀ ਪਤਾ ਨਹੀਂ ਕਿੰਨੀਆਂ ਕ ਪਾਰਟੀਆਂ ਨੇ ਟਿਕਟਾਂ ਆਫਰ ਕੀਤੀਆਂ ਪਰ ਮੈਂ ਹੱਥ ਜੋੜ ਦੇਣਾ ਤੇ ਮੈਂ ਕਹਿੰਦਾ ਨਾ ਭਰਾ ਇਸ ਕੰਮ ਚ ਮੈਨੂੰ ਨਾ ਘੜੀਸੋ ਤੇ ਨਾ ਹੀ ਮੈਂ ਜਾਣਾ ਤੇ ਨਾ ਹੀ ਮੇਰਾ ਕੋਈ ਇਸ ਕਿਸਮ ਦਾ ਕੋਈ عقیدہ ਹੈ ਤੇ ਮੈਨੂੰ ਤਾਂ ਹੁਣ ਵੀ 24 ਲਈ ਵੀ ਆਫਰਾਂ ਆ ਰਹੀਆਂ ਨੇ ਕਿ ਆਜੋ ਜੀ ਲਓ ਜੀ ਟਿਕਟ ਲਾਓ ਜੀ ਤੇ ਮੈਂ ਕਹਿੰਦਾ ਨਾ ਜੀ ਟਿਕਟ ਨਹੀਂ ਲੈਣੀ ਤੇ ਹੋਰ ਜੋ ਮਰਜੀ ਕਹੋ ਕਰਨ ਨੂੰ ਤਿਆਰ ਹਾਂ ਕੁਰਸੀ ਲਈ ਤਾਂ ਬਾਈ ਜੀ ਲੋਕ ਜਾਨ ਦੇਣ ਨੂੰ ਫਿਰਦੇ ਆ ਕਹਿੰਦੇ ਵੀ ਜਦੋਂ ਮੈਂ ਤੁਰ ਗਿਆ ਮੇਰੇ ਨਾਲ ਹੀ ਫੂਕਿਓ ਹਾਂ ਕੋਈ ਹੋਰ ਨਾ ਬੈਠੇ ਇਕ ਤਾਂ ਪਿੱਛੇ ਤਾਂ ਲੜਦੇ ਫਿਰਦੇ ਨੇ ਪਾਰਟੀਆਂ ਦੇ ਵਿੱਚ ਕਿੰਨਾ ਘਸਾਨ ਹੈ ਇਹ ਤਾਂ ਪਾਸੇ ਟਿਕਟ ਪਿੱਛੇ ਲੜਪੇਦੇ ਲੋਕ ਜੀ ਤੇ ਤੁਸੀਂ ਕਹਿੰਦੇ ਹੋ ਵੀ ਟਿਕਟਾਂ ਆ ਰਹੀਆਂ ਨੇ ਤਾਂ ਮੈਂ ਮਨਾ ਕਰਾਂ ਵੀ ਨਹੀਂ ਦੇਖੋ ਕਾਰਨ ਹਰਮਨ ਕੀ ਹੈਗਾ ਟਿਕਟ ਲੈ ਕੇ ਮੈਂ ਕਰੂੰਗਾ ਕੀ ਮੈਨੂੰ ਇਹ ਦੱਸੋ ਕਿਸੇ ਪਾਰਟੀ ਦਾ ਕੋਈ ਮੰਡੇਟ ਹੈ ਹੈਂ ਆ ਸਾਡੀ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਉਹਦੇ ਵਿੱਚ ਕਿੰਨੇ ਲੋਕ ਬਾਹਰ ਲਿਆਂ ਪਾਰਟੀਆਂ ਚ ਆ ਕੇ ਐਮ ਐਲ ਏ ਬਣ ਗਏ ਨੇ ਬਿਲਕੁਲ ਸਹੀ ਹੈ ਤੇ ਕੀ ਕਰਨਗੇ ਹਮ ਅ ਵੱਡੀ ਗੱਲ ਇਹ ਹੈ ਕਿ ਅ ਇੱਥੇ ਜਿਹੜਾ ਹੈਗਾ ਨਾ ਬੰਦਾ ਉਹ ਪਹਿਲਾਂ ਵੇਸ਼ ਬਣਾਉਂਦਾ ਫਿਰ ਉਹ ਜੇ ਵੀਊ ਬਣਾ ਲੈਂਦਾ ਹੈ ਹੈ ਤੇ ਪੰਮੀ ਬਾਈ ਨੂੰ ਲੋੜ ਨਹੀਂ ਪੰਮੀ ਬਾਈ ਦੀ ਵਿਸ਼ੇ ਇਹ ਹੈ ਕਿ ਮੈਂ ਲੋਕਾਂ ਨੇ ਮੈਨੂੰ ਇੱਕ ਆਰਟਿਸਟ ਬਣਾਇਆ ਹਮ ਤੇ ਲੋਕਾਂ ਨੇ ਮੈਨੂੰ ਇੰਨਾ ਮਾਨ ਸਨਮਾਨ ਦਿੱਤਾ ਨੈਸ਼ਨਲ ਵਾਰਡ ਮੈਨੂੰ ਮਿਲ ਗਿਆ ਜੀ ਸ਼ਰੋਮਨੀ ਵਾਰਡ ਮੇਰੀ ਝੋਲੀ ਚ ਪਿਆ ਹੋਇਆ ਤੇ ਪੰਮੀਬਾਈ ਪੋਲਿਟਿਕਸ ਦੇ ਵਿੱਚ ਜਾ ਕੇ ਕਰੂਗਾ ਕੀ ਮੈਨੂੰ ਇਹ ਦੱਸੋ ਮੈਂ ਕਰੂਗਾ ਕੀ ਜੀ ਹਾਂ ਇੱਕ ਐਮਐਲਏ ਬਣ ਜਾਊਗਾ ਆਪਦੇ ਲਈ ਹਾਂ ਤੇ ਐਮਐਲਏ ਦੇ ਮੇਰੇ ਦੋਸਤ ਬਹੁਤ ਨੇ ਜਾਂ ਮੈਂ ਮੈਂਬਰ ਪਾਰਲੀਮੈਂਟ ਬਣ ਜਾਊਂਗਾ ਮੇਰੇ ਦੋਸਤ ਬਹੁਤ ਨੇ ਮੈਂਬਰ ਪਾਰਲੀਮੈਂਟ ਜੇ ਮੈਨੂੰ ਕੋਈ ਮੜਾ ਮੋਟਾ ਕੋਈ ਸੱਜੇ ਖੱਬੇ ਕਿਸੇ ਦਾ ਕੰਮ ਕਰਾਉਣ ਵੀ ਜਾਣਾ ਤੇ ਮੈਂ ਉਹਨਾਂ ਨੂੰ ਹੱਥ ਬੰਨ ਲੂਗਾ ਵੀ ਭਾਈ ਜੀ ਆ ਮੜਾ ਜਾ ਕਰਵਾ ਦੇ ਬੰਦੇ ਦਾ ਮੈਨੂੰ ਤਾਂ ਲੋੜ ਨਹੀਂ ਜੀ ਐ ਮੈਨੂੰ ਤਾਂ ਕਿਸੇ ਚੀਜ਼ ਦੀ ਵੀ ਲੋੜ ਨਹੀਂ ਨਾ ਮੈਨੂੰ ਕੋਈ ਪਰਮਿਟ ਲੈਣਾ ਤੇ ਨਾ ਮੈਂ ਕੋਈ ਗੱਦੀ ਲੈਣੀ ਹੈ ਤੇ ਮੈਂ ਲੋਕਾਂ 'ਚ ਰਹਿ ਕੇ ਲੋਕਾਂ ਵਰਗਾ ਬਣ ਕੇ ਤੇ ਲੋਕਾਂ ਦਾ ਕਾਰਾ ਕਰ ਰਹਿਣਾ ਚਾਹੁੰਨਾ ਤੇ ਜੋ ਰਤਬਾ ਲੋਕਾਂ ਨੇ ਮੈਨੂੰ ਦਿੱਤਾ ਹੈ ਜੋ ਮਾਨ ਪਿਆਰ ਖਲੂਸ ਲੋਕਾਂ ਨੇ ਦਿੱਤਾ ਹੈ ਤੇ ਮੈਂ ਉਸੇ ਨੂੰ ਆਪਦੀ ਇਸ ਝੋਲੀ ਚ ਪਾ ਕੇ ਰੱਖਣਾ ਪਰ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਆਉਣਾ ਸੀ ਪੰਜਾਬ ਦੇ ਵਿੱਚ ਸਟੇਜ ਦੇ ਉੱਤੇ ਤੁਸੀਂ ਵੀ ਗਿਆ ਸੀ ਤੇ ਬੜੇ ਲੋਕਾਂ ਨੇ ਗੱਲ ਕਹੀ ਵਿਕ ਗਏ ਹੋਏ ਖਰੀਦ ਲਏ ਹੋਏ ਪੰਮੀ ਬਾਈ ਵੀ ਝੋਲੀ ਐ ਕਰ ਲਈ ਓਏ ਉਹ ਵਿਸ਼ ਗਏ ਹੋਏ ਫਿਰ ਉਹਨਾਂ ਪੀੜ ਜੀ ਨਹੀਂ ਲੱਗੀ ਨਹੀਂ ਲੱਗੀ ਇਸ ਕਰਕੇ ਨਹੀਂ ਮੈਂ ਬੇਸਿਕਲੀ ਆਰਟਿਸਟ ਹਾਂ ਮੇਰਾ ਕੋਈ ਪਾਰਟੀ ਨਹੀਂ ਮੇਰਾ ਕੋਈ ਧਰਮ ਨਹੀਂ ਜੀ ਮੈਂ ਲੋਕਾਂ ਲਈ ਗਾਉਣਾ ਸਾਨੂੰ ਪੈਸੇ ਦਿਓ ਅਸੀਂ ਤਾਂ ਫਰੀ ਵੀ ਗਾਇਆ ਕਿਸਾਨ ਮੂਵਮੈਂਟ ਚ ਉਹਦੋਂ ਨਾ ਕਿਸੇ ਨੇ ਕਿਹਾ ਕਿ ਬੇਗੇ ਬਈ ਫਰੀ ਵੀਡੀਓ ਆਪਣੇ ਪੱਲਿਓਂ ਪੈਸੇ ਖਰਚ ਕੇ ਵੀਡੀਓ ਤਿਆਰ ਕੀਤੀਆਂ ਨੇ ਪੰਜ ਗਾਣੇ ਗਾਏ ਨੇ ਉਸ ਮੂਵਮੈਂਟ ਦੇ ਵਿੱਚ ਤੇ ਇਹ ਜਿਹੜਾ ਇਹ ਕੰਮ ਹੈਗਾ ਮੈਂ ਤਾਂ ਸਰਦਾਰ ਮਰਮੋਣ ਸਿੰਘ ਦੀ ਰੈਲੀ ਚ ਵੀ ਗਾਇਆ ਮੈਂ ਤਾਂ ਰਾਹੁਲ ਗਾਂਧੀ ਦੀ ਰੈਲੀ ਚ ਵੀ ਗਾਇਆ ਹੈ ਜੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਚ ਵੀ ਗਾਇਆ ਦੇਖੋ ਕਈ ਬੰਦੇ ਇਸ ਤਰ੍ਹਾਂ ਦੇ ਵੀ ਹੈਗੇ ਨੇ ਲਾਈਫ ਦੇ ਵਿੱਚ ਜਿਹੜੇ ਆਰਟਿਸਟ ਦੀ ਕਦਰ ਕਰਦੇ ਨੇ ਬਿਲਕੁਲ ਸਰ ਆਰਟਿਸਟ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਮੁੱਖ ਮੰਤਰੀ ਪ੍ਰੈਜ਼ੀਡੈਂਟ ਸਾਡੇ ਭਗਵਾਨ ਸਿੰਘ ਮਾਨ ਇਹ ਸਾਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀਆਂ ਸਟੇਜਾਂ ਕਰਦੇ ਰਹੇ ਨੇ ਜਦੋਂ ਸੁਖਵੀਰ ਦੀ ਇਲੈਕਸ਼ਨ ਸੀ ਫਰੀਦਕੋਟ ਦੀ ਉਦੋਂ ਉਹਨਾਂ ਨੇ तमाम ਰੈਲੀਆਂ ਕੀਤੀਆਂ ਆਰਟਿਸਟ ਦਾ ਕੋਈ ਇਹਦੇ ਨਾਲ ਕੋਈ ਤਾਲੁਕਤ ਨਹੀਂ ਹੈਗਾ ਚਾਹੇ ਮੋਦੀ ਸਾਹਿਬ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਜੇ ਮੇਰੇ ਦਿਲ 'ਚ ਇਹ ਹੀ ਗੱਲ ਹੁੰਦੀ ਜਦ ਮੈਂ ਕੋਈ ਉਸ ਪਾਰਟੀ ਦੇ ਪ੍ਰੋ ਹੋਂਦਾ ਫਿਰ ਮੈਂ ਇੱਥੇ ਵੀ ਪ੍ਰੋਗਰਾਮ ਕਰ ਲੈਂਦਾ ਜੀ ਤਾਂ ਬਾਈ ਜੀ ਇੱਕ ਗਾਣਾ ਹੁਣ ਦਿਓ ਜਿਹੜਾ ਤੁਹਾਡੇ ਦਿਲ ਦੇ ਬਹੁਤ ਨੇੜੇ ਮੈਂ ਕਹਾਂ ਜੀ ਆ ਗਾ ਦਿਓ ਜਾਂ ਉਹ ਗਾ ਦਿਓ ਜਿਹੜਾ ਤੁਹਾਡੇ ਦਿਲ ਦੇ ਬਹੁਤ ਨੇੜੇ ਆ ਹਾਂਜੀ ਹਾਂ ਲੋਕਾਂ ਦੇਆਂ ਚਿਹਰਿਆਂ ਤੇ ਹੱਸਦੇ ਨੇ ਗੀਤ ਮੇਰੇ ਉਹ ਲੋਕਾਂ ਦੀਆਂ ਤਾੜੀਆਂ ਤੇ ਨੱਚਦੇ ਨੇ ਗੀਤ ਮੇਰੇ ਹੋ ਨੱਚਣਾ ਤੇ ਗਾਉਣਾ ਆਪਿਓ ਸਖਾ ਗਿਆ ਜਗ ਵਿੱਚ ਜਿਉਣ ਦਾ ਸਵਾਦ ਜਹਾਂ ਆ ਗਿਆ ਜ਼ਿੰਦਗੀ ਜਿਉਣ ਦਾ ਸਵਾਦ ਜਹਾਂ ਆ ਗਿਆ ਵਾਹ ਕੀ ਬਾਤ ਹੈ ਵਿਸ਼ੇ ਬਹੁਤ ਕਮਾਲ ਦੇ ਚੁਣਦੇ ਆ ਇੱਕ ਸਾਧੂਰਾ ਦੇ ਜਿਵੇਂ ਵਿਸ਼ੇ ਆਮ ਜਿਹੇ ਵਿਸ਼ੇ ਹਰ ਇੱਕ ਦਿਲ ਨੂੰ ਛੋਣ ਵਾਲੇ ਵਿਸ਼ੇ ਹਰ ਕਿਸੇ ਦੇ ਵਿਸ਼ੇ ਅ ਇਸ ਕਰਕੇ ਚੁਣਦਾ ਕਿ ਮੇਰਾ ਗਾਣਾ ਇੱਕ ਸਧਾਰਨ ਬੰਦਾ ਵੀ ਗਾ ਸਕੇ ਜੀ ਮੈਂ ਜਿਹੜੇ ਲੋਕਾਂ ਤੋਂ ਸਿੱਖਿਆ ਮੇਰਾ ਇੱਕ ਤਾਇਆ ਸੀ ਸਾਡਾ ਸੀਰੀ ਸੀ ਉਹ ਜਦੋਂ ਸ਼ਾਮ ਨੂੰ ਸਹਾਗਾ ਮਾਰਦਾ ਤੇ ਫਿਰ ਕਲੀ ਲਾਉਂਦਾ ਤੇ ਮੈਂ ਉਹ ਕਲੀ ਰੀਚਾ ਸ਼ਰਮਾ ਨਾਲ ਰਿਕਾਰਡ ਵੀ ਕੀਤੀ ਕਲਜੀਤ ਦੇ ਵਿੱਚ ਹੂੰ ਤੇ ਉਹ ਮੇਰੇ ਜਹਨ ਚ ਨੇ ਉਹ ਚੀਜ਼ਾਂ ਮੈਂ ਆਪਣੇ ਪਿੰਡਾਂ ਚ ਰਹਾ ਜਕੇਪੁਰ ਪਿੰਡ ਦੇ ਵਿੱਚ ਮੇਲੇ ਮੁਸਾਬਿਆਂ ਦੇ ਵਿੱਚ ਜਲਸਿਆਂ ਦੇ ਵਿੱਚ ਘਰੋਂ ਭੱਜ-ਭੱਜ ਕੇ ਜਾਣਾ ਦੇਖਣਾ ਉਰ ਜਿਹੜੀ ਲੋਕ ਪ੍ਰਸਤ ਹੈ ਨਾ ਉਹ ਅੰਦਰ ਬੜੀ ਬੈਠੀ ਹੈ ਮੇਰੇ ਉਸਤਾਦ ਸਵਰਗੀ ਆਪਨ ਆਰਾਮ ਜੀ ਉਹ ਪਾਕਿਸਤਾਨੋਂ ਆਏ ਸੀ ਉਹਨਾਂ ਨੇ ਕਿਹਾ ਸੀ ਪੁੱਤਰਾ ਆ ਗਾਣਾ ਕਦੇ ਗਾਈ ਨਹੀਂ ਮੈਂ ਪਾਣੀ ਪਿਰੇ ਨਹੀਂ ਆ ਤੇ ਜਦੋਂ ਮੈਂ ਪਾਕਿਸਤਾਨ ਚ 2004 ਚ ਪਰਫਾਰਮ ਕਰਨ ਗਿਆ ਅਲ ਹਮਲਾ ਸਟੇਡੀਅਮ ਚ ਤੇ ਥੀਏਟਰ ਚ ਤੇ ਉੱਥੇ ਜਦੋਂ ਇਹ ਗਾਣਾ ਗਾਇਆ ਲੋਕਾਂ ਨੇ ਮੈਨੂੰ ਹੱਥਾਂ ਤੇ ਚੱਕ ਲਿਆ ਮੈਂ ਕਿਹਾ ਤੁਹਾਡੀ ਧਰਤੀ ਦਾ ਗਾਣਾ ਹੈ ਤੇ ਇੱਥੋਂ ਗਿਆ ਤੇ ਮੈਨੂੰ ਮਾਨ ਪ੍ਰਾਪਤ ਹੋ ਗਿਆ ਉਹਦੇ ਚ ਮੈਂ ਸ਼ਿਸ਼ਕੇ ਦਾ ਤੜਕਾ ਲਾਤਾ ਹਾਂ ਵਾ ਵਾ ਤੇ ਉਹ ਤੜਕਾ ਮੈਂ ਆਪਦੇ ਲੋਕਨਾਚ ਝੂਮਰ ਚੋਂ ਕੱਢਿਆ ਸੀ ਉਹ ਬਸ ਮੇਰੇ ਦਿਮਾਗ ਦੇ ਵਿੱਚ ਸੀ ਕਿ ਮੌਥ ఆర్కెస్ట్రా ਜ਼ਰੂਰ ਬਜਾਉਣਾ ਇਸ ਗਾਣੇ ਚ ਤੇ ਉਹ ਪੰਮੀ ਬਾਈ ਦੀ ਸਿਗਨੇਚਰ ਟਿਊਨ ਬਣ ਗਈ ਹੈ ਅੱਜ ਮੈਂ ਦੁਨੀਆ ਚ ਕਿਤੇ ਜਾਣਾ ਹਮ ਮੈਂ ਜਿੱਤੇ ਜਿੱਤੇ ਕਿਤੇ ਜਾਵਾਂ ਹਾਂ ਮੈਂ ਜਿੱਤੇ ਜਿੱਤੇ ਕਿਤੇ ਜਾਵਾਂ ਹਾਂ ਮੈਂ ਕਿ ਜਿੱਤੇ ਕਿਤੇ ਸਾਰਿਆਂ ਨੇ ਵੀ ਮੇਰੀ ਇਹ ਸਾੰਗ ਲਾਉਂਦੇ ਆ ਨਾ ਮੈਨੂੰ ਤਾਂ ਬੜਾ ਖੁਸ਼ੀ ਹੁੰਦੀ ਆ ਵੀ ਕੋਈ ਤਾਂ ਮੇਰੀ ਨੀਂਦ ਬਣ ਗਿਆ ਇਹ ਬ੍ਰਾਂਡ ਬਣ ਗਿਆ ਤੁਹਾਨੂੰ ਯਾਦ ਆ ਵੀ ਇੱਕ ਵਾਰੀ ਆਪਾਂ ਇੱਕ ਪ੍ਰੋਗਰਾਮ ਤੇ ਗਏ ਸੀ ਕੋਈ ਹੋਟਲ ਦੇ ਵਿੱਚ ਬੜਾ ਮਹਿੰਗਾ ਹੋਟਲ ਵਿਆਹ ਦਾ ਮੇਰੇ ਖਿਆਲ ਪ੍ਰੋਗਰਾਮ ਤੇ ਉਹਨਾਂ ਜਿਹੜਾ ਮੰਚ ਸੰਚਾਲਕ ਸੀ ਉਹ ਹਿੰਦੀ ਬੋਲਦਾ ਸੀ ਉਹ ਕਹਿੰਦਾ ਅਬ ਆਪਕੇ ਸਾਹਮਣੇ ਆ ਰਹੇ ਆਂ ਪੰਜਾਬੀ ਗਾਇਕ ਜਿਨਕੇ ਬਹੁਤ سارے ਗੀਤ ਆਪਨੇ ਸੁਨੇ ਆਏ ਔਰ ਭਾਈ ਔਰ ਬੈਨੋ ਆਪ क्लैपिंग करो और हमारे पास पहुंच चुके हैं पम्मी बाई 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 और इनके बैंड में बाईस बंदे हैं इसलिए ये पम्मी बाई हैं तो भाई जो थे गए वो तो तू शर्म कर है तो भाई है वो भाई पंजाब का गए ना तो भाई मालवे का गए ना <laughs> ਬਾਈ ਮਤਲਬ ਵੀਰ ਹਾਂ ਉਪਰਾ ਮਤਲਬ ਕਿ ਉਹ ਗੱਲ ਹੀ ਹੈ ਨਾ ਵੀ ਇਹ ਸ਼ਬਦ ਮੈਨੂੰ ਲੋਕਾਂ ਨੇ ਦਿੱਤਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਚਾਹ ਕਈ ਤਾਂ ਤੀਜਨ ਬਾਈ ਸਮਝ ਹੀ ਜਾਂਦੇ ਤੇ ਉਹ ਜਿਹੜੇ ਜਿਹੜੇ ਮੈਂ ਪੰਜਾਬੋਂ ਬਾਹਰ ਹੁਣ ਤਾਂ ਮੈਨੂੰ ਪਹਿਲਾਂ ਤਾਂ ਤਿੰਨ ਚਾਰ ਸਾਲ ਮਾਲਵੇਚ ਤੇ ਆਪਣਾ ਸੌਰੀ ਮਾਝੇ ਚ ਤੇ ਦਬਾਬੇ ਚ ਦੱਸਣ ਨੂੰ ਲਾਗੇ ਕਿ ਬਾਈ ਸ਼ਬਦ ਦਾ ਮਤਲਬ ਕੀ ਆਇਆ ਕਿਉਂਕਿ ਉਧਰ ਪਾਉ ਜੀ ਕਹਿੰਦੇ ਨੇ ਹਾਂਜੀ ਤੇ ਇੱਥੇ ਪਾਜੀ ਕਹਿੰਦੇ ਨੇ ਪਾਜੀ ਕਹਿੰਦੇ ਨੇ ਤੇ ਸਾਡੇ ਵਾਲੇ ਨਹੀਂ ਅਸੀਂ ਰੁੱਖੇ ਲੋਕ ਆ ਥੋੜੇ ਜਿਹਾ ਸਵਰਨ ਵੀ ਸਾਡੇ ਚੋਂ ਹੀ ਆ ਨਹੀਂ ਨਹੀਂ ਮੈਂ ਤਾਂ ਪਿਆਰਾ ਹੈਂ ਇਹ ਸਾਨੂੰ ਤਾਂ ਕਿਉਂਕਿ ਜ਼ਿਲ੍ਹਾ ਜ਼ਰੂਰ ਜੰਗਲੀਆਂ ਦਾ ਜ਼ਿਲ੍ਹਾ ਵਜਦਾ ਸੀ ਸਾਨੂੰ ਤਾਂ ਸਾਰੇ ਮੇਰੇ ਦਾ ਨਾਂ ਨਕੇ ਜੰਗਲੀਆਂ ਕਹਿੰਦੇ ਰਹੇ ਨਾ ਕਈ ਕਿੰਨਾ ਸਾਲ ਉਹ ਜੰਗਲੀਆਂ ਸੋ ਪਰ ਕਿਤੇ ਸਾਨੂੰ ਮਾਨ ਹੈ ਤੇ ਮੈਂ ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਭਾਈ ਸਾਡਾ ਜ਼ਿਲ੍ਹਾ ਸੰਰੂਰ ਹੂੰ ਸਾਡਾ ਨਹੀਂ ਸਾਡਾ ਨਹੀਂ ਕਿਸੂਰ ਦੇ ਸੰਗਰੂਰ ਬਹੁਤ ਮਾਣ ਮੱਤਾ ਜੀ ਬਹੁਤ ਜੀ ਅਸੀਂ ਸੰਗਰੂਰ ਦੇ ਚਾਰ ਮੁੱਖ ਮੰਤਰੀ ਬਣਾਤੇ ਹੁਣ ਤੱਕ ਸਭ ਤੋਂ ਪਹਿਲਾਂ ਬਾਬੂ ਬਿਰਸ਼ਪਾਣ ਬਣਿਆ ਫਿਰ ਆਪਣਾ ਸਰਜੀਤ ਸਿੰਘ ਬਰਨਾਲਾ ਬਣਿਆ ਫਿਰ ਸਰਦਾਰ ਨਿਰਜਿੰਦਰ ਕੌਰ ਪਠਰ ਬਣੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਹੋਈ ਸਿਆਸਤ ਵੀ ਬਦਲੀ ਹੈ ਸੰਗਰੂਰ ਵਾਸੀਆਂ ਨੇ ਹਾਂ ਸੋ ਇਸ ਕਰਕੇ ਅਸੀਂ ਤੇ ਬੜੇ ਜਿਹੜੇ ਅਗਰੈਸਿਵ ਲੋਕ ਹਾਂ ਹੂੰ ਅਸੀਂ ਸਭ ਤੋਂ ਪਹਿਲਾਂ ਜਿੱਤੇ ਨੂੰ ਹਰਾਉਨੇ ਆ ਹਾਰੇ ਨੂੰ ਜਿਤਾਉਨੇ ਆ ਹਾਂ ਹਾਂ ਅਸੀਂ ਅਸੀਂ ਵੋਟਾਂ ਕਦੇ ਵੀ ਕਿਸੇ ਨੂੰ ਜਿਤਾਉਣ ਲਈ ਪਾਉਂਦੇ ਨਹੀਂ ਅਸੀਂ ਹਰਾਉਣ ਲਈ ਪਾਉਂਨੇ ਆ ਵੀ ਇਹ ਕਿ ਆ ਮੰਨਣਾ ਹੈ ਕਿ ਕਿੰਨਾ ਚਿਰ ਪਹਿਲਾਂ ਰੈ ਬਣਾ ਲੈਨੇ ਵੀ ਇਹ ਕਿ ਮੰਨਣਾ ਪਾਵੇਂ ਕੋਈ ਵੀ ਹੋਵੇ ਦੇਖੋ ਪਰਸਪੈਕਸ਼ਨ ਜਿਹੜੀ ਹੈ ਨਾ ਉਹ ਐਂ ਘੁੰਮ ਜਾਂਦੀ ਆ ਵੀ ਪਸੇ ਨਹੀਂ ਲੱਗਦਾ ਜਿਵੇਂ ਐਦਕੀ ਲੋਕਾਂ ਨੇ ਪਹਿਲੀ ਪਰਸਪੈਕਸ਼ਨ ਬਣਾ ਲਈ ਕਿ ਕਾਲੀ ਤੇ ਕਾਂਗਰਸੀ ਮਾਂਜਣੇ ਨੇ ਉਹ ਮਾਂਜ ਤੇ ਕੂਕਿਆਂ ਦੇ ਡੋਲ ਵਾਂਗੂ ਮਾਂਜ ਤੇ ਹੈ ਉਹ ਬੰਨਵੇਂ ਸੀਟਾਂ ਇੱਕ ਨਵੀਂ ਪਾਰਟੀ ਲੈ ਗਈ ਫਿਰ ਤੁਸੀਂ ਇੱਕ ਹੋਰ ਰਾਇ ਬਣਾ ਲਈ ਵੀ ਦੇਣ ਸੋਈ ਲੰਗਿਆ ਜਿਮਨੀ ਚੋਂ ਹੋਈ ਸੰਗਰੂਰ ਦੀ ਹੁਣ ਆਪਾਂ ਇਹ ਮੰਨ ਜਣੀ ਹਾਂ ਫੇਰ ਉਹ ਮੰਨ ਦਿੱਤਾ ਦੇਖੋ ਇਹੀ ਤਾਂ ਸਾਡੀ ਗਾਸ਼ ਹੈ ਇਹੀ ਤਾਂ ਇਹਦੀ ਚੀਜ਼ ਤਾਂ ਅਸੀਂ ਮੰਨੇ ਜਾਂਦੇ ਹਾਂ ਹਾਂ ਇੱਕ ਵੱਖਰੀ ਲੀ ਪਾ ਕੇ ਅਸੀਂ ਤਾਂ ਕਿਸੇ ਜਮਾਨੇ ਦੇ ਵਿੱਚ ਜਦੋਂ ਕਿ ਕਾਂਗਰਸ ਦਾ ਬੜਾ ਵੱਡਾ ਬੋਲ ਵਾਲਾ ਸੀ ਉਹ ਤੋਂ ਤੇਜਾ ਸੁਸੰਤਰ ਚ ਚਾਤਾ ਸੀ ਜੀ ਇੱਕ ਕਾਮਰੇਟ ਬੰਦਾ ਉਹਨੂੰ ਪਾਰਲੀਮੈਂਟ ਚ ਭੇਜਦਾ ਸੀ ਸੋ ਇਹ ਨਹੀਂ ਹੁਣ ਮਾਨ ਸਾਹਿਬ ਦੀ ਕਿਸਮਤ ਖੁੱਲ ਗਈ ਐਸ ਉਮਰੇ ਫੇਰ ਦੁਬਾਰੇ ਉਹਨਾਂ ਨੂੰ ਜਿਤਾਤਾ ਜੀ ਬਿਲਕੁਲ ਸਹੀ ਪਰ ਉਹ ਆਪਣੀਆਂ ਜਿਹੜੀਆਂ ਹੈਗੀਆਂ ਨੇ ਗੱਲਾਂ ਬਾਤਾਂ ਮਾਨ ਸਾਹਿਬ ਦੀਆਂ ਸਾਰਿਆਂ ਨੂੰ ਪਤਾ ਹੈ ਬਿਲਕੁਲ ਸਹੀ ਅੰਦਰਲੀ ਗੱਲ ਆ ਵੈਸੇ ਚਲੋ ਪਰਿਵਾਰਕੀ ਜੀ ਗੱਲ ਵੀ ਜਿਵੇਂ ਐਨੇ ਬੰਠਣ ਕੇ ਜਾਂਦੇ ਆ ਕਦੇ ਭੈਣ ਜੀ ਨੇ ਇਹ ਨਹੀਂ ਗੱਲ ਕਹੀ ਪਤਨੀ ਨੇ ਵੀ ਭਾਈ ਹੁਣ ਤਾਂ ਹਟ ਜਾ ਕਿਤੇ ਉਹੀ ਗੱਲ ਨਾ ਕਰ ਦੇਈਆਂ ਨਿਆਣਿਆਂ ਨੇ ਕੀ ਹੋਇਆ ਉਹ ਗੱਲ ਕਰਨ ਇਹ ਹਰਮਨ ਸਵਰਨ ਉਹ ਸਮਾਂ ਲੰਘ ਗਿਆ ਹੈ ਤੇ ਬੰਠਣ ਕੇ ਰਹਿਣਾ ਨਾ ਇਹ ਮੈਂ ਆਪਣੇ ਫੁੱਫੜ ਤੋਂ ਸਿੱਖਿਆ اچھا ਵੀ ਮੇਰਾ ਫੁੱਫੜ 99 ইয়ার্স ਹੋ ਕੇ ਮਰਿਆ اچھا ਜੀ ਉਹ ਫੌਜੀ ਸੀ ਮੇਜਰ ਰਟਾਇਰ ਸੀ ਉਹਨੇ ਤਰਕੀ ਅਸ਼ਕਨ ਪਾ ਲੈਣੀ ਦਾੜੀ ਪੁੱਠੀ ਚਾੜ ਲੈਣੀ ਐਨ ਪੂਰਾ ਅਪ ਟੂ ਡੇਟ ਬੈਠ ਕੇ ਐ 11 ਵਜੇ ਨੂੰ ਐ ਬ੍ਰੇਕਫਾਸਟ ਕਰਕੇ ਐ ਬੈਠਾ ਰਹਿਣਾ ਮੈਂ ਕਹਿੰਦਾ ਫੁੱਫੜਾ ਤੂੰ ਖਟਣਾ ਕੀ ਉਹ ਕਹਿੰਦਾ ਦੇਖ ਜਵਾਨ ਸਾਨੂੰ ਫੌਜ ਚ ਇੱਕੋ ਗੱਲ ਸੁਣਾਈ ਆ ਕਿ ਬੰਦਾ ਉਹੀ ਲੰਬੀ ਜ਼ਿੰਦਗੀ ਜਿਉਂਦਾ ਹੈ ਜਿਹੜਾ ਐਨ ਅਪ ਟੂ ਡੇਟ ਰਹੇ ਹਾਂ ਤੇ ਮੈਂ ਵੀ ਆਪਦੇ ਫੋਫੜ ਨੂੰ ਫੋਲੋ ਕਰ ਰਹੇ ਹਾਂ ਭਾਈ ਨੇ ਨੇ ਬਿਲਕੁਲ ਤੁਹਾਡੀ ਜ਼ਿੰਦਗੀ ਵੀ ਬਹੁਤ ਲੰਬੀ ਹੋਈ ਚਲੋ ਆਪਾਂ ਗਾਇਕੀ ਦੀ ਗੱਲ ਕਰਦੇ ਆ ਮੌਜੂਦਾ ਗਾਇਕੀ ਦੀ ਜਦੋਂ ਆਪਾਂ ਗੱਲ ਕਰਦੇ ਆ ਅੱਜ ਜੋ ਮਾਹੌਲ ਬਣ ਗਿਆ ਪੰਜਾਬ ਦਾ ਚਾਹੇ ਉਹ ਗਾਣਿਆਂ ਦੀ ਗੱਲ ਕਰ ਲਈ ਜਾਂ ਗਾਇਕਾਂ ਦੇ ਪ੍ਰਤੀ ਲੋਕਾਂ ਦਾ ਜੋ ਵਿਹਾਰ ਬਣ ਗਿਆ ਉਹਨੂੰ ਕਿਹੋ ਜਿਹਾ ਵੇਖਦੇ ਹੋ ਤੁਸੀਂ ਕਿੱਥੇ ਕਮਾਂਦੇ ਹੋ ਇਸ ਵੇਲੇ ਪੰਜਾਬੀ ਇੰਡਸਟਰੀ ਪਹੁੰਚੀ ਦੇਖੋ ਦੋ ਚੀਜ਼ਾਂ ਹੋ ਗਈਆਂ ਨੇ ਇੱਕ ਤੇ ਇਹ ਹੈਗਾ ਕਿ ਬਾਲੇ ਗਾਇਕ ਤਾਂ ਆਪੋ ਆਪਣੇ ਜੀ ਬਣੇ ਹੋਏ ਨੇ ਜੀ ਕੁਝ ਐਸਟੈਬਲਿਸ਼ ਵੀ ਨੇ ਜਿਨ੍ਹਾਂ ਨੂੰ ਲੋਕਾਂ ਦੀ ਪਰਮਾਨਤਾ ਮਿਲੀ ਹੋਈ ਹੈ ਉਹਨਾਂ ਚ ਬਹੁਤ ਅੱਛੇ ਗਾਇਕ ਵੀ ਨੇ ਜਿਹੜੇ ਬਹੁਤ ਅੱਛਾ ਗਾ ਰਹੇ ਨੇ ਸਰੀਲੇ ਨੇ ਲੋਕਾਂ ਦੀ ਤਰਜ਼ਮਾਨੀ ਕਰ ਰਹੇ ਨੇ ਪਰ ਇੱਕ ਗੱਲ ਦੀ ਜ਼ਰੂਰ ਅੱਜ ਨਾ ਇੱਕ ਭੇਡ ਚਾਲ ਚੱਲ ਗਈ ਹੈ ਕਿ ਉਹ ਸਾਡੀਆਂ ਜਿਹੜੀਆਂ ਪੰਜਾਬੀ ਫਿਲਮਾਂ ਨੇ ਅਸੀਂ ਉਹਨਾਂ ਫਿਲਮਾਂ ਦੇ ਵਿੱਚ ਕਦੇ ਵੀ ਕਿਸੇ ਐਕਟਰ ਨੂੰ ਹੀਰੋ ਨਹੀਂ ਐਸਟੈਬਲਿਸ਼ ਹੋਣ ਦਿੰਦੇ ਅਕਸੈਪਟ ਥੋੜੀ ਦੇਰ ਜਿੰਮੀ ਸ਼ੇਰ ਗਿੱਲੀ ਕੱਲਾ ਪੰਜਾਬ ਦਾ ਇੱਕ ਹੀਰੋ ਐਸਟੈਬਲਿਸ਼ ਰਿਹਾ ਹੈ ਉਹ ਤੋਂ ਬਾਅਦ ਬੜੇ ਮੁੰਡੇ ਆਏ ਅੱਛੇ ਮੁੰਡੇ ਵੀ ਆਏ ਹਮ ਪਰ ਸਾਡੇ ਦਿਮਾਗ ਦੇ ਵਿੱਚ ਜਾਂ ਪ੍ਰੋਡਿਊਸਰ ਦੇ ਦਿਮਾਗ ਦੇ ਵਿੱਚ ਜਾਂ ਡਾਇਰੈਕਟਰ ਦੇ ਦਿਮਾਗ ਦੇ ਵਿੱਚ ਗਾਇਕੀ ਫਸੀ ਹੋਈ ਹੈ ਕਿ ਗਾਇਕ ਦਾ ਇੱਕ ਆਪਦਾ ਔਰਾ ਹੈ ਉਹਨੂੰ ਚਾਰ ਬੰਦੇ ਜਾਣਦੇ ਨੇ ਉਹਦੀ ਆਪਦੀ ਟੀਆਰਪੀ ਹੈਗੀ ਹੈ ਤੇ ਗਾਇਕ ਲੈ ਲਓ ਆਪਾਂ ਨੇ ਐਕਟਰ ਤੋਂ ਕੀ ਕਰਨਾ ਹੈ ਜੀ ਬਿਲਕੁਲ ਸਹੀ ਹਾਂ ਸੋ ਉਹ ਉਹ ਥੋੜਾ ਜਿਹਾ ਹੋਇਆ ਜਿਵੇਂ ਹੁਣ ਵਰਸ ਸਟਾਈਲ ਹੈਗਾ ਕਹਿੰਦੇ ਨੇ ਦਲਜੀਤ ਹਮ ਉਹ ਗਾਇਕ ਵੀ ਕਮਾਲ ਦਾ ਹੈ ਜੀ ਪਰਫਾਰਮਰ ਵੀ ਕਮਾਲ ਦਾ ਐਕਟਰ ਵੀ ਕਮਾਲ ਦਾ ਤੇ ਉਹਨੇ ਆਪਣੀ ਸ਼ੋਅ ਆਫ ਵੀ ਕੀਤਾ ਹੂੰ ਉਹ ਹਿੰਦੀ ਚ ਚਾਹੇ ਆਇਆ ਚਾਹੇ ਪੰਜਾਬੀ ਚ ਆਇਆ ਚਾਹੇ ਕੰਨ ਨੇ ਉਹ ਗਾਇਕੀ ਚ ਹੈ ਤੇ ਉਹਨੇ ਆਪਣਾ ਜਲਵਾ ਜਿਹੜਾ ਹੈਗਾ ਉਹ ਦਿਖਾਇਆ ਜੀ ਬਿਲਕੁਲ ਸੋ ਕਹਾਣੀ ਇਹੀ ਹੈਗੀ ਹੈ ਕਿ ਮੈਂ ਤਾਂ ਇਹੀ ਕਹਿਣਾ ਹਾਂ ਸਾਰੇ ਗਾਇਕਾਂ ਨੂੰ ਕਿ ਦੇਖੋ ਜੁਗ ਬਲਦ ਦਾ ਉਹਦੇ ਨਾਲ ਨਵੇਂ-ਨਵੇਂ ਤਜਰਬੇ ਹੁੰਦੇ ਨੇ ਜੀ ਅੱਜ ਵੀ ਨਵੇਂ-ਨਵੇਂ ਤਜਰਬੇ ਹੋ ਰਹੇ ਨੇ ਤੇ ਪਰ ਕਿਤੇ ਨਾ ਕਿਤੇ 80% ਆਪਣੀ ਮਨਮਰਜ਼ੀ ਦਾ ਕਰੋ 20% ਹੂੰ ਪੰਜਾਬ ਦੀ ਤਰਜ਼ਮਾਨੀ ਕਰੋ ਵਾਹ ਪੰਜਾਬ ਦੇ ਲੋਕਾਂ ਦੀ ਗਾਓ ਪੰਜਾਬ ਲਈ ਗਾਓ ਫੋਕ ਟ੍ਰੈਡੀਸ਼ਨ ਨੂੰ ਮੂਰੇ ਰੱਖੋ ਹੈ ਇੱਕ ਪੈਂਡਾ ਤਾਂ ਔਖਾ ਹੈਗਾ ਪਰ ਇਹਦੇ ਚ ਜੋ ਸਕੂਨ ਆ ਹੈ ਤੇ ਅੱਜ ਜੋ ਪੰਮੀ ਬਾਈ ਮਾਨ ਮਹਿਸੂਸ ਕਰ ਰਿਹਾ ਹੈ ਕਿ ਪੂਰੀ ਦੁਨੀਆ ਚ ਵਸਦੇ ਪੰਜਾਬੀ ਜੋ ਮੈਨੂੰ ਪਿਆਰ ਦਿੰਦੇ ਨੇ ਮੈਂ ਪੈਸਿਆਂ 'ਚ ਘਟ ਹੋਊਂਗਾ ਪੈਸੇ ਕਿਹੜਾ ਨਾਲ ਆਏ ਨੇ ਨਟਣੇ ਆ ਹੈ ਤੇ ਇਹ ਇੱਥੇ ਹੀ ਰਹਿ ਜਾਣੇ ਨੇ ਖਾਲੀ ਹੱਥ ਬੰਦਾ ਆਇਆ ਖਾਲੀ ਹੱਥ ਹੀ ਚਲੇ ਜਾਣਾ ਨਾ ਜ਼ਮੀਨਾਂ ਨਾ ਜਾਇਦਾਦਾਂ ਨਾ ਕੋਠੀਆਂ ਨਾ ਕਾਰਾਂ ਕੁਝ ਨਹੀਂ ਜਾਂਦਾ ਹੈਗਾ ਮੈਂ ਕਹਿੰਦਾ ਸਭ ਤੋਂ ਵੱਡਾ ਬੰਦਾ ਕਿੱਡੇ ਵੱਡਾ ਕਲਾਕਾਰ ਹੋ ਜੇ ਪਰ ਉਹ ਖੂਬਸੂਰਤ ਇਨਸਾਨ ਜ਼ਰੂਰ ਹੋਣਾ ਚਾਹੀਦਾ ਤੇ ਮੈਂ ਤਾਂ ਸੱਚੇ ਪਾਤਸ਼ਾਹ ਲੱਗੇਹੀ ਅਰਦਾਸ ਕਰਦਾ ਹਾਂ ਨਾ ਕਿ ਮੈਨੂੰ ਇਨਸਾਨ ਵਧੀਆ ਬਣਾ ਕੇ ਰੱਖੀ ਸੱਚੇ ਪਾਤਸ਼ਾਹ ਚਾਹੇ ਗਏ ਇੱਕ ਹੋਰ ਛੋਟਾ ਕਰਦੀ ਕੋਈ ਫਰਕ ਨਹੀਂ ਪੈਂਦਾ ਤੁੱਕੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਪੰਜਾਬੀ ਇਸ ਮusiqi ਦੇ ਲਈ ਕੰਮ ਕਰ ਰਿਹਾ ਤੇ ਨਿਰੰਤਰ ਕਰਦਾ ਰਹੂੰਗਾ ਜੀ ਬਹੁਤ ਖੂਬ ਬਾਈ ਜੀ ਜਦੋਂ ਪ੍ਰੋਗਰਾਮ ਲੱਗ ਜਾਂਦਾ ਫਿਰ ਅਖੀਰ ਦੇ ਉੱਤੇ ਬੋਲੀਆਂ ਪੈਂਦੀਆਂ ਹਾਂ ਤੁਹਾਨੂੰ ਬੋਲੀਆਂ ਵਾਲੇ ਪੰਮੀ ਬਾਈ ਦੇ ਤੌਰ ਤੇ ਜਾਣਦੇ ਆਪਾਂ ਵੀ ਸਮਾਪਤੀ ਕਰਨੀ ਪ੍ਰੋਗਰਾਮ ਦੀ ਬੋਲੀਆਂ ਦੇ ਨਾਲ ਹੋ ਜੇ ਫਿਰ ਹੋ ਜੇ ਫਿਰ ਉੱਡੀ ਪਗ ਵੇਸ਼ਕੀਨਾ ਤੇਰੀ ਲੋਕਾਂ ਬਾਣੇ ਮੋਰੇ ਉੱਡਿਆ ਓ ਮੈਂ ਕਿਹਾ ਆਸ਼ਕੇ ਵਾ ਵਾ ਕਵਾਲ ਕਰ ਦਿੱਤੀ ਸਟੇਨਾ ਸਾਹਿਬ ਹੁਣ ਕੋਈ ਹੋਰ ਗੱਲ ਜੇ ਕਰਨੀ ਆ ਤਾਂ ਤੁਹਾਡਾ ਮੈਂ ਤਾਂ ਸਰਚਾਰ ਹੋ ਗਿਆ ਮੈਨੂੰ ਬਹੁਤ ਚੰਗਾ ਲੱਗਾ ਭਾਈ ਜੀ ਅਸਲ ਵਿੱਚ ਆਪਾਂ ਕੋਈ ਮੁਲਾਕਾਤ ਕਰਨ ਲਈ ਥੋੜੀ ਆਪਾਂ ਤਾਂ ਕੋਈ ਗੱਲ ਹੈ ਵੀ ਆਪਾਂ ਨੇ ਸਾਰੀ ਇਹ ਤਾਂ ਉਧਰ ਗੱਲਾਂ ਜਿਵੇਂ ਡ੍ਰੈਂਕ ਰੂਮ ਚ ਬੈਠ ਕੇ ਜਾਂ ਚੁੱਲ੍ਹੇ ਚੌਕੇ ਤੇ ਬੈਠ ਕੇ ਜਾਂ ਸੱਤ ਚ ਬੈਠ ਕੇ ਕਰੀ ਜਾਂਦੇ ਹੋਏ ਤੇ ਹੁਣ ਇਹ ਵੀ ਆਈ ਚਾਹੀਦੀ ਉਹ ਜਿਹੜਾ ਜਿਹੜਾ ਐਂ ਜੇ ਬੈ ਕੇ ਹਾਂਜੀ ਕਿਹੜੇ ਕਿਹੜੇ ਕੁਐਸਚਨ ਉਹ ਐਂ ਜੇ ਕਰਕੇ ਨਾ ਉਹ ਐਵੇਂ ਐਂ ਜੇ ਕਰਕੇ ਮੇਰੇ ਟੈਲਰ ਵੀ ਆ ਕੀ ਕਰੀ ਜਾਂਦੇ ਔਰ ਉਹ ਨਾ ਪਹਿਲਾਂ ਉਹ ਪਹਿਲਾਂ ਇਹ ਕਹਿਣਗੇ ਵੀ ਕੁਐਸਚਨਰੀ ਦਿਓ ਹਾਂ ਜੀ ਪੜ ਲੀਏ ਵੀ ਕੀ ਪੁੱਛਣਾ ਦਾ ਤੋਂ ਫਿਰ ਅਸੀਂ ਪ੍ਰਪੇਅਰ ਹੋ ਜਾਈਏ ਇੱਕ ਵਾਰੀ ਇੱਕ ਫਨਕਾਰ ਸਾਡੀਆਂ ਦਾ ਖੁੱਲੀਆਂ ਕਿਤਾਬਾਂ ਨੇ ਇੱਕ ਵਾਰੀ ਭਾਈ ਜੀ ਇੱਕ ਫਨਕਾਰ ਆਇਆ ਮੈਨੂੰ ਕਹਦਾ ਮੈਨੂੰ ਕਿਹੜੇ ਕਿਹੜੇ ਸਵਾਲ ਕਰੋਂਗਾ ਇਹ ਮੈਂ ਖਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿल्ले ਕਿਤਾ ਅਸੀਂ ਵੀ ਨਹੀਂ ਕਦੇ ਕੀਤੇ ਬਿਲਕੁਲ ਸਹੀ ਨਹੀਂ ਐਕਚੁਅਲੀ ਹੋਣਾ ਹੀ ਆਇਆ ਚਾਹੀਦਾ ਜੀ ਇੰਟਰਵਿਊ ਜਿਹੜੀ ਹੈ ਨਾ ਉਹ ਮਤਲਬ ਕਿ ਐਸ ਕਿਸਮ ਨਾਲ ਉਹਦੇ ਚ ਰਵਾਨਗੀ ਹੋਣੀ ਚਾਹੀਦੀ ਹੈ ਕਿ ਉਹਦੇ ਚ ਸਵਾਲ ਚ ਸਵਾਲ ਨਿਕਲੇ ਜੀ ਗਾਹਾਂ ਦੀ ਗਾਹਾਂ ਗੱਲ ਤੁਰਦੀ ਰਹੇ ਤੁਸੀਂ ਦੋਨੇ ਸਿਆਣੇ ਹੋ ਤੁਹਾਡੀ ਜੁਗਲਬੰਦੀ ਵੀ ਅੱਛੀ ਹੈਗੀ ਹੈ ਤੇ ਸੋ ਇਸ ਲਈ ਮੈਂ ਤੁਹਾਡਾ ਬਹੁਤ ਮਿਹਰਬਾਨੀ ਬਾਈ ਜੀ ਥੈਂਕ ਯੂ ਵੈਲਕਮ ਤੁਸੀਂ ਹਮੇਸ਼ਾ ਹੀ ਸਾਡੇ ਲਈ ਸਤਿਕਾਰ ਦੇ ਪ੍ਰਤੀਖ ਰਹੀ ਹੋ ਜੀ ਘੱਟ ਸੁਣਿਆ ਜਾਣਾ ਵੱਧ ਸੁਣਿਆ ਜਾਣਾ ਹਿੱਟ ਹੋਣਾ ਨਾ ਹੋਣਾ ਇਹ ਤਾਂ ਬਹੁਤ ਦੂਜੇ ਤੀਜੇ ਚੌਥੇ ਦਰਜੇ ਦੀਆਂ ਗੱਲਾਂ ਪਰ ਤੁਸੀਂ ਮਨੁੱਖ ਦੇ ਤੌਰ ਦੇ ਉੱਤੇ ਬਹੁਤ ਵਧੀਆ ਵਿਚਰਦੇ ਆ ਤੁਹਾਡਾ ਅਸੀਂ ਦਿਲੀ ਤੌਰ ਤੇ ਸਤਿਕਾਰ ਕਰਦੇ ਆ ਤੁਸੀਂ ਸਟੂਡੀਓ ਦੇ ਵਿੱਚ ਆਏ ਹੋ ਪਟਿਆਲਿਆਂ ਚੱਲ ਕੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ ਸਵਰਨਜੀ ਹਰਮਨਜੀ ਤੁਹਾਡਾ ਤੇ ਪ੍ਰਾਈਮ ਏਸ਼ੀਆ ਦਾ ਸਾਰੇ ਪੂਰੇ ਪਰਿਵਾਰ ਦਾ ਮੈਂ ਤੈਦਲੋ ਮਾਰੀਆਂ ਜੋ ਮਾਨ ਜੋ ਪਿਆਰ ਜੋ ਖਲੂਸ ਤੁਸੀਂ ਹਮੇਸ਼ਾ ਦਿੰਦੇ ਹੋ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਦੁਬਾਰਾ ਜਦੋਂ ਮੌਕਾ ਮਿਲੇ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ। ਫਿਲਹਾਲ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਜੀ ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੱਕ ਪਹੁੰਚਾਓ। ਤਿੰਨਾਂ ਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ। ਤੁਹਾਡੀ ਹਾਜ਼ਰੀ ਹੈ। ਚੰਜ ਦਾ ਵਿਚਾਰ।